দর্শকੋ প্রোগ্রাম ਦੇਖ ਰਹੇ ਸਾਰੀ ਦਰਸ਼ਕਾਂ ਦਾ ਮੈਂ ਆਪਦਾ ਸ਼ਿਰਪਰੀ ਸਵਾਗਤ ਕਰਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਪੰਜਾਬ ਦੇ ਵਿੱਚ ਅਤੇ ਪੂਰੇ ਦੇਸ਼ ਦੇ ਵਿੱਚ ਕੀ ਕੀ ਜਿਹੜੇ ਹਾਲਾਤ ਨੇ ਹੋ ਰਹੇ ਨੇ ਜਿੱਥੇ ਅਸੀਂ ਅਮਰੀਕਾ ਦੀ ਗੱਲ ਵੀ ਕਰਾਂਗੇ ਅਮਰੀਕਾ ਦੇ ਵਿੱਚ ਜਿਹੜੇ ਬਦਲਦੇ ਹਾਲਾਤ ਨੇ ਅੱਜ ਦੇ ਜਿੱਥੇ ਦੇਸ਼ ਕੋਰੋਨਾ ਦੇ ਸੰਕਟ ਦੇ ਵਿੱਚੋਂ ਬਾਹਰ ਆ ਰਿਹਾ ਸੀ ਉਥੇ ਨਾਲ ਹੀ ਜੋਰਜ ਫਲੁਇਡ ਦੀ ਮੌਤ ਨੂੰ ਲੈ ਕੇ ਇੱਕ ਜਿਹੜਾ ਨਵਾਂ ਵਿਵਾਦ ਹੈ ਉਹ ਸ਼ੁਰੂ ਹੋ ਗਿਆ ਓਹੋ ਪੀਸਫੁਲ ਪ੍ਰੋਟੈਸਟ ਤੋਂ ਲੈ ਕੇ ਕਿਸ ਤਰ੍ਹਾਂ ਪੰਨ ਤੋੜ ਦੇ ਵਿੱਚ ਬਦਲਿਆ ਅਤੇ ਕਿਸ ਤਰ੍ਹਾਂ ਜਿਹੜਾ ਕਰਾਊਡ ਹੈ ਉਹ ਨਿਊਯਾਰਕ ਸਿਟੀ ਤੇ ਮੁਲਕ ਦੇ ਹੋਰ ਸ਼ਹਿਰਾਂ ਨੂੰ ਬਰਬਾਦ ਕਰਦਾ ਹੋਇਆ ਅੱਗੇ ਵਧ ਰਿਹਾ ਹੈ। ਉਥੇ ਨਾਲ ਹੀ ਅਸੀਂ ਭਾਰਤ ਦੇ ਵਿੱਚ 에ਅਰਲਾਈਨਸ ਨੂੰ ਚਲਾਉਣ ਦੀ ਜਿਹੜੀ ਗੱਲ ਹੈ ਉਹਦੇ ਬਾਰੇ ਵੀ ਡਿਸਕਸ ਕਰਾਂਗੇ। ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਅਸੀਂ ਇਹ ਨਾਲੋਂ ਨਾਲ ਤੁਹਾਡੇ ਸਾਰਿਆਂ ਦੇ ਨਾਲ ਡਿਸਕਸ ਕਰਾਂਗੇ ਅਤੇ ਇਹਦੇ ਬਾਰੇ ਸਾਡੇ ਨਾਲ ਅੱਜ ਗੱਲਬਾਤ ਕਰਨ ਦੇ ਲਈ ਜੁੜ ਰਹੇ ਨੇ ਪੱਤਰਕਾਰ ਯਾਦਵਿੰਦਰ ਸਿੰਘ ਜੀ ਸਿੱਧੂ ਆ ਉਹਨਾਂ ਦਾ ਸਵਾਗਤ ਕਰਦੇ ਹਾਂ ਯਾਦਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਵਾਰਡ ਮੀਡੀਆ ਦੇ ਸਾਰੇ ਦਸ਼ਕਾਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਿੱਧੂ ਸਾਹਿਬ 에ਅਰਲਾਈਨਸ ਬਾਰੇ ਜਿਹੜੀ ਗੱਲ ਹੈ ਵੀ 에ਅਰਲਾਈਨਸ ਬਾਰੇ ਜਿਹੜੀ ਸ਼ੁਰੂ ਕਰਨ ਬਾਰੇ ਗੱਲ ਆ ਉਹਦੇ ਬਾਰੇ ਕੀ ਅਪਡੇਟ ਆ ਜਿਹੜਾ ਹੁਣ ਤੱਕ ਕੋਈ ਨਵੀਂ ਅਪਡੇਟ ਆਈ ਆ ਹਾਂ ਜੀ ਅਵਤਾਰ ਸਿੰਘ ਜੀ ਇਸ ਤਰ੍ਹਾਂ ਸੀ ਕਿ ਕਾਫੀ ਤੇਰ ਤੋਂ ਲੋਕਾਂ ਚ ਵੀ ਕਾਫੀ ਇੱਕ ਰੇਜ ਬਣੀ ਹੋਈ ਸੀ ਕਿ ਕਦੋਂ 에ਅਰਲਾਈਨ ਚੱਲਣ ਤੇ ਅਸੀਂ ਆਪਣੇ ਆਪਣੇ ਡੈਸਟੀਨੇਸ਼ਨਾਂ ਤੇ ਪਹੁੰਚ ਜਾਈਏ ਤੇ ਖਾਸ ਕਰਕੇ ਜਿਹੜਾ ਸਟੂਡੈਂਟ ਹੈ ਉਹ ਬੜਾ ਇਸ ਬਾਰੇ ਨਿਗਾਹ ਰੱਖ ਰਿਹਾ ਸੀ ਕਿ ਕਦੋਂ ਫਲਾਈਟਾਂ ਚੱਲਣ ਤੇ ਅਸੀਂ ਕੈਨੇਡਾ ਆਪਣਾ ਪੜ੍ਹਨ ਵਾਸਤੇ ਜਾਈਏ ਜਾਂ ਦੂਸਰੇ ਕੰਟਰੀਜ਼ ਨੂੰ ਚਾਈਏ ਤੇ ਇਸ ਮੈਂ ਨੇ ਪਿਛਲੇ ਮਹੀਨਿਆਂ ਨਾਲ ਫਲਾਈਟਾਂ ਜਿਹੜੀਆਂ ਸੀ ਸਾਡੇ ਇਥੇ ਡੋਮੈਸਟਿਕ ਚਲਾ ਦਿੱਤੀਆਂ ਗਈਆਂ ਸੀ ਤੇ ਉਹ ਥੋੜੀਆਂ ਜੀਆਂ ਫਲਾਈਟਾਂ ਚਲਾਈਆਂ ਗਈਆਂ ਦੇਖਿਆ ਜਾ ਰਿਹਾ ਤੇ ਲੋਕਾਂ ਨੇ ਉੱਤੇ ਸਫ਼ਰ ਵੀ ਕੀਤਾ ਤੇ ਕਿਆ ਸਰਆਂੀਆਂ ਲਗਾਈਆਂ ਜਾ ਰਹੀਆਂ ਸੀ ਪਰ ਪਿਛਲੇ ਕੁਝ ਦਿਨ ਪਹਿਲਾਂ ਸਾਡੇ ਜਿਹੜੇ ਹੈਗੇ ਆ ਭਾਰਤ ਦੇ ਹਵਾ ਪਾਜੀ ਮੰਤਰੀ ਪੁਰੀ ਸਾਹਿਬ ਉਹਨਾਂ ਨੇ ਕਿਹਾ ਸੀ ਕਿ ਮੱਧ ਜੁਲਾਈ ਤੱਕ ਫਲਾਈਟਾਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਤੇ ਇਸ ਕਰਕੇ ਅੱਜ ਜਿਹੜੀ ਇਹ ਕੱਲ ਖਬਰ ਆ ਗਈ ਸੀ ਫਾਈਨਲ ਕਿ ਕਿਉਂਕਿ ਇਹਦੇ ਵਿੱਚ ਫਲਾਈਟ ਸਾਡਾ ਦੇਸ਼ ਠੀਕ ਹੈ ਚਲਾਉਣੀ ਚਾਹੁੰਦਾ ਪਰ ਜਿੱਥੇ ਜਾ ਕੇ ਉਤਰਨੀਆਂ ਫਲਾਈਟਾਂ ਉਹ ਕੰਟਰੀ ਵੇ ਕੋ ਅਸੈਪਟ ਕਰੂਗਾ ਤਾਂ ਹੀ ਹੈ ਨਾ ਤੇ ਇਸ ਦੇ ਲਈ ਜਿਹੜਾ ਹੁਣ ਭਾਰਤ ਹੈ ਤੇ ਪਾਕਿਸਤਾਨ ਤੇ ਇੰਡੋਨੇਸ਼ੀਆ ਇਹ 10 ਜੁਲਾਈ ਨੂੰ ਫਲਾਈਟਾਂ ਸ਼ੁਰੂ ਕਰ ਰਹੇ ਨੇ ਇੰਟਰਨੈਸ਼ਨਲ ਜਿਹੜਾ ਕੈਨੇਡਾ ਉਹਨੇ 1 ਜੁਲਾਈ ਨੂੰ ਸ਼ੁਰੂ ਕਰਨ ਦੀ ਅਨਾਉਂਸਮੈਂਟ ਕੀਤੀ ਹੈ ਤੇ ਯੂ ਐਸ اے ਨੇ ਕਹਿੰਦੇ ਵੀ 1 ਸਤੰਬਰ ਨੂੰ ਜਿਹੜੀ ਆ ਉਹ ਫਲਾਈਟਾਂ ਸ਼ੁਰੂ ਕਰਨੀਆਂ ਆਪਣੀਆਂ ਤੇ ਟੋਟਲ ਕਹਿੰਦੇ ਵੀ 71 에어ਪੋਰਟਸ 71 에어ਪੋਰਟਾਂ ਤੋਂ ਜਿਹੜੀਆਂ ਉਹ ਫਲਾਈਟਾਂ ਨੇ 1 ਸਤੰਬਰ ਤੱਕ ਉਹ ਚੱਲ ਪੈਣਗੀਆਂ ਇਹ ਨਾਲ ਆਵਾਜਾਈ ਹੋਏਗੀ ਪਰ ਗੱਲ ਇਹ ਹੈ ਕਿ ਕੀ ਜਦੋਂ ਫਲਾਈਟਾਂ ਚੱਲ ਵੀ ਪੈਂਦੀਆਂ ਇੰਟਰਨੈਸ਼ਨਲ ਕੀ ਉਹਨਾਂ ਨੂੰ ਉਹਨੇ ਪੈਸੈਂਜਰਜ਼ ਮਿਲਣਗੇ ਹੂੰ ਕਿਉਂਕਿ ਫਲਾਈਟਾਂ ਵੀ ਇਹ ਨਹੀਂ ਹੈ ਕਿ ਉਦੋਂ ਤੱਕ ਵੀ ਪੂਰੀਆਂ ਫਲਾਈਟਾਂ ਸਾਰੀਆਂ ਚੱਲ ਪੈਣਗੀਆਂ ਇਹ ਜੇ ਲਾਇਕ ਘੱਟ ਫਲਾਈਟਾਂ ਹੋਣਗੀਆਂ ਕਿਉਂਕਿ ਉਹਨਾਂ ਪੈਸੈਂਜਰ ਵੀ ਨਹੀਂ ਮਿਲੂਗਾ ਕਿਉਂਕਿ ਅਜੇ ਜਿਹੜੇ ਟੂਰਿਸਟ ਹੈ ਉਹ ਦੁਨੀਆਂ ਥਾਵਾਂ ਤੇ ਨਹੀਂ ਜਾਣਗੇ ਬਹੁਤੇ ਉਹਨੇ ਪੈਸੈਂਜਰ ਵੀ ਨਹੀਂ ਵੀ ਹੋਣਗੇ ਇਸ ਕਰਕੇ ਪਰ ਫਿਰ ਵੀ ਇੰਟਰਨੈਸ਼ਨਲ ਪੱਧਰ ਦੇ ਉੱਤੇ 71000 ਫੋਰਟਸ ਜਿਹੜੇ ਆ ਉਹ 1 ਸਤੰਬਰ ਤੱਕ ਚੱਲ ਪੈਣਗੇ ਜੀ ਅੱਛਾ ਇੱਕ ਜਿਹੜੀ ਨਵੀਂ ਗੱਲ ਸਾਹਮਣੇ ਆਈ ਹੈ ਵੀ ਇੱਕ ਰਾਸ਼ਟਰ ਇੱਕ ਮੰਡੀ ਭਾਰਤ ਸਰਕਾਰ ਨੇ ਇਸ ਤਰ੍ਹਾਂ ਦੀ ਕੋਈ ਨੀਤੀ ਜਿਹੜੀ ਲੈ ਕੇ ਆ ਰਹੀ ਹੈ ਉਹਦਾ ਕੀ ਮਤਲਬ ਹੈ ਇਹ ਜੀ ਪਤਾ ਜੀ ਕੱਲ ਸਾਡੇ ਦੇ ਨੇ ਭਾਰਤ ਦੇ ਇੱਕ ਬਹੁਤ ਵੱਡਾ ਇੱਕ ਨਵਾਂ ਸਾਡੀ ਸਰਕਾਰ ਇੱਕ ਕਾਨੂੰਨ ਲੈ ਕੇ ਆਈ ਹੈ ਤੇ ਉਹ ਹੈ ਦੀ ਫਾਰਮਰਸ ਐਗਰੀਮੈਂਟ ਪ੍ਰਾਈਸ ਇੰਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਆਰਡੀਨੈਂਸ 2020 ਇਹਦੇ ਬਹੁਤ ਵੱਡਾ ਇਹ ਇੱਕ ਐਕਟ ਹੈ ਜਿਹੜਾ ਕਿ ਲੈ ਕੇ ਆਈ ਹੈ ਉਹਦੇ ਵਿੱਚ ਕਾਫੀ ਦੇਰ ਤੋਂ ਦੇ ਵਿੱਚ ਕਿ ਮੰਗਾ ਵਿੱਚ ਹੀ ਕਿਸਾਨਾਂ ਦੀਆਂ ਸਾਨੂੰ ਯਾਦ ਆ ਪਿਛਲੇ ਅੱਜ ਤੋਂ 40 ਸਾਲ ਪਹਿਲਾਂ ਵੀ ਕਿ ਅਸੀਂ ਸਰਾਦੀ ਪੰਜਾਬ ਤੇ ਹਰਿਆਣੇ ਦੇ ਹੱਦ ਤੇ ਰਹਿੰਦੇ ਸੀ ਤੇ ਅਸੀਂ ਆਪਣੀ ਫਸਲ ਵੇਚਣ ਲਈ ਹਰਿਆਣੇ ਦੇ ਵਿੱਚ ਜਾਂਦੇ ਸੀ ਕਿਉਂਕਿ ਕਪਾਹ ਨਰਮਾ ਉੱਥੇ ਜ਼ਿਆਦਾ ਤੇਜ਼ ਵਿਕਦਾ ਸੀ ਉੱਥੇ ਰੇਟ ਜ਼ਿਆਦਾ ਮਿਲਦਾ ਸੀ ਕਈ ਵਾਰੀ ਕੀ ਹੁੰਦਾ ਸੀ ਕਿ ਜਿਹੜੇ ਹਰਿਆਣੇ ਵਾਲੇ ਆ ਉਹ ਪੰਜਾਬ ਦੇ ਵਿੱਚ ਜਿਵੇਂ ਜੀਰੀ ਪੰਜਾਬ ਦੇ ਵਿੱਚ ਵੇਚਣ ਵਾਸਤੇ ਆਉਂਦੇ ਸੀ ਤੇ ਪਰ ਉਹਨਾਂ ਤੇ ਫਿਰ ਪਿੱਛੇ ਜੇ ਪਾਬੰਦੀ ਵੀ ਲਗਾਈ ਗਈ ਕਿ ਦੂਜੀ ਸਟੇਟ ਜਾ ਕੇ ਤੁਸੀਂ ਨਹੀਂ ਵੇਚ ਸਕਦੇ ਪੰਜਾਬ ਦੇ ਕਿਸਾਨਾਂ ਨੂੰ ਰੋਕਿਆ ਗਿਆ ਕਿ ਤੁਸੀਂ ਹਰਿਆਣੇ ਦੇ ਵਿੱਚ ਜਾ ਕੇ ਆਪਣੀ ਜਿੰਸਾ ਜਿਹੜੀ ਨਹੀਂ ਵੇਚ ਸਕਦੇ ਠੀਕ ਹੈ ਪਰ ਹੁਣ ਜਿਹੜਾ ਇਹ ਕਾਨੂੰਨ ਹੈ ਇਹਦੇ ਵਿੱਚ ਕੀ ਕੀਤਾ ਗਿਆ ਹੈ ਕਿ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਵੱਡੇ ਜਿਹੜੇ ਕਾਰਪੋਰੇਟ ਕੰਪਨੀਆਂ ਨੇ ਅਦਾਰੇ ਨੇ ਉਹਨਾਂ ਨੂੰ ਖੁੱਲ੍ਹ ਦੇ ਦਿੱਤੀ ਗਈ ਹੈ ਕਿ ਉਹ ਆਪਣੇ ਜਿਹੜੇ ਨਵੇਂ ਢੰਗ ਦੇ ਜਿਹੜੇ ਗੋਦਾਮ ਨੇ ਉਹਨਾਂ ਨੂੰ ਵੀ ਉਹ ਬਣਾ ਸਕਦੀ ਹੈ ਤੇ ਉਹ ਸਿੱਧੀ ਕਿਸਾਨਾਂ ਨਾਲ رابطہ ਕਾਇਮ ਕਰੇਗੀ ਕਿਸਾਨ ਸਿੱਧਾ ਉਹਨਾਂ ਕਾਰਪੋਰੇਟ ਜਿਹੜੀਆਂ ਕੰਪਨੀ ਐ ਉਹਨਾਂ ਨਾਲ ਸਿੱਧਾ رابطہ ਕਰ ਸਕਦੇ ਆ ਆਪਣੀ ਜਨਸ ਸਿੱਧੀ ਉਹਨਾਂ ਨੂੰ ਵੇਚ ਸਕਦੇ ਆ ਤੇ ਇਹਦੇ ਨਾਲ ਕੀ ਹੋਏਗਾ ਕਿ ਕਿਸਾਨ ਇੱਕ ਚੀਜ਼ ਦੇ ਵਿੱਚ ਖਾਸ ਹੋਣੀ ਐ ਕਿਉਂਕਿ ਪਹਿਲਾਂ ਜਿਵੇਂ ਅੱਜ ਕੱਲ੍ਹ ਹੀ ਪਰਸੋਂ ਹੋਇਆ ਕਿ ਸਾਨੂੰ ਜਿਹੜਾ ਨਿਰਧਾਰਤ ਜਿਹੜਾ ਜੀਰੀ ਦਾ ਰੇਟ 53 ਰੁਪਏ ਵਧਾਇਆ ਗਿਆ ਉਹਦੇ ਵਿੱਚ ਕੀ ਐ ਕਿ ਜਦੋਂ ਫਸਲ ਸਾਡੀਆਂ ਦੋ ਫਸਲਾਂ ਇਹੋ ਜੀਆਂ ਨੇ ਪੰਜਾਬ ਦੀਆਂ ਇੱਕ ਕਣਕ ਜਿਹੜੀਆਂ ਮੁੱਖ ਫਸਲਾਂ ਤੇ ਇੱਕ ਹੈਗੀ ਸਾਡੀ ਜੀਰੀ ਚਾਵਲ ਹੂੰ ਇਹਨਾਂ ਤੇ ਪਹਿਲਾਂ ਹੀ ਭਾਰਤ ਸਰਕਾਰ ਨੂੰ ਇਹ ਫੈਸਲਾ ਕਰਨਾ ਪੈਂਦਾ ਉਹਦਾ ਹਰ ਸਾਲ ਕੋਈ ਨਾ ਕੋਈ ਜ ਰੇਟ ਵਧਾਉਂਦੀ ਹੈ ਉਹਦੇ ਤੇ ਫਿਰ ਜਿਵੇਂ ਕਿ ਹੁਣ ਕਿਸਾਨ ਯੂਨੀਅਨ ਨੇ ਅਸੈਪਟ ਨਹੀਂ ਕੀਤਾ ਕਹਿੰਦੇ ਜੀ ਬਹੁਤ ਘੱਟ ਵਧਾਇਆ ਪਰ ਉਹਦੇ ਨਾਲ ਕੀ ਹੈ ਕਿ ਸਰਕਾਰ ਇਸ ਦਲ ਦੇ ਵਿੱਚੋਂ ਨਿਕਲ ਜੇਗੀ ਕਿਉਂਕਿ ਉਹਨੂੰ ਇਹ ਰੇਟ ਨਿਰਧਾਰਤ ਕਰਨ ਦੀ ਲੋੜ ਨਹੀਂ ਪੈਗੀ ਉਸ ਦਾ ਸਿੱਧਾ ਕਿਉਂਕਿ ਜਿਹੜਾ ਮੰਡੀ ਹੈ ਹੁਣ ਕਿਸਾਨ ਨੇ ਜਿਹੜਾ ਸਬੰਧ ਆ ਉਹ ਸਿੱਧਾ ਉਹ ਕਾਰਪੋਰੇਟ ਕੰਪਨੀ ਨਾਲ ਚੱਲ ਗਿਆ ਹੁਣ ਕੰਪਨੀ ਨਾਲ ਉਹਨਾਂ ਨੇ ਲੈਂਡ ਦੇਣ ਜੋ ਕੰਪਨੀ ਨਾਲ ਕਰਨਾ ਤੇ ਇਹਦੇ ਨਾਲ ਕੀ ਹੈ ਪਹਿਲਾਂ ਜਿਹੜਾ ਕਿਸਾਨ ਹੈ ਉਹ ਮੰਡੀਕਰਨ ਬੋਰਡ ਰਾਹੀਂ ਮੰਡੀ ਦੇ ਵਿੱਚ ਆਪਣੀ ਫਸਲ ਲੈ ਕੇ ਜਾਂਦਾ ਸੀ ਤੇ ਮੰਡੀਕਰਨ ਬੋਰਡ ਨੂੰ ਅਸੀਂ ਜਿਹੜਾ ਵਿਕਰੀ ਕਰ ਸੀ ਸਾਡਾ ਸੇਲ ਉਹ ਅਸੀਂ ਉਹਨੂੰ 페 ਕਰਦੇ ਸੀ ਕਿਸਾਨ 페 ਕਰਦਾ ਸੀ ਤੇ ਉਹਨੂੰ ਹਰ ਸਾਲ ਜਿਹੜੇ ਅੰਕੜੇ ਦਾ ਤਿੰਨ ਤੋਂ 4000 ਕਰੋੜ ਜਿਹੜਾ ਵਿਕਰੀ ਕਰਦੇ ਰੂਪ ਵਿੱਚ ਹਰ ਸਾਲ ਇਕੱਠਾ ਹੁੰਦਾ ਸੀ ਜਿਹੜਾ ਪਹਿਲਾਂ GST ਦਾ ਨਾਲ ਵੀ ਅਸਰ ਪਿਆ ਤੇ ਹੁਣ ਕੀ ਹੋਣਾ ਕਿ ਉਹ ਜਿਹੜਾ ਵਿਕਰੀਕਰ ਹੈ ਉਹ ਕਿਉਂਕਿ ਨਾਟਕ ਕੰਪਨੀਆਂ ਦੇ ਦੇਣਾ ਉਹਨਾਂ ਨੂੰ ਕਿਉਂਕਿ ਵਿੱਚੋਂ ਮੰਡੀਕਰਨ ਬੋਰਡ ਦਾ ਵਿੱਚੋਂ ਨਿਕਲ ਗਿਆ ਨਾ ਤੇ ਜਿਹੜਾ ਸਾਡਾ ਇਥੇ ਸਥਾਨਕ ਪੁਰਾ ਦਾ ਉਹ ਵੀ ਨਿਕਲ ਗਿਆ ਕਿਸਾਨ ਦਾ ਸਿੱਧਾ ਰਾਬਤਾ ਹੋ ਗਿਆ ਹੁਣ ਉਹਦੇ ਨਾਲ ਕੀ ਹੈ ਕਿ ਉਹਨਾਂ ਨੇ ਇੱਕ ਵੱਡੀ ਗੱਲ ਇਹ ਹੈ ਕਿ ਕੁਝ ਇਹ ਸੀ ਪਹਿਲਾਂ ਜਿਹੜਾ ਕਿਸਾਨ ਸੀ ਉਹੋ ਕੁਝ ਜਿੰਸਾਂ ਦਾ ਫਸਲਾਂ ਦਾ ਆਪ ਸਟੋਰ ਨਹੀਂ ਕਰਨ ਦਾ ਅਧਿਕਾਰ ਸੀ ਉਹ ਨਹੀਂ ਕਰ ਸਕਦਾ ਜੀ ਪਰ ਹੁਣ ਕਿਸਾਨ ਨੂੰ ਵੀ ਇਹ ਅਧਿਕਾਰ ਦੇ ਦਿੱਤਾ ਗਿਆ ਹੈ ਕਿ ਉਹ ਪੂਰੇ ਦੇਸ਼ ਦੇ ਵਿੱਚ ਇੱਥੇ ਮਰਜ਼ੀ ਫਸਲ ਵੇਚ ਵੀ ਸਕਦਾ ਹੈ ਉਹ ਆਪਣੀ ਫਸਲ ਨੂੰ ਖੁਦ ਸਟੋਰ ਕਰਕੇ ਵੀ ਰੱਖ ਸਕਦਾ ਹੈ ਉਹ ਆਪਣੀ ਮਨ ਮਰਜ਼ੀ ਨਾਲ ਜਦੋਂ ਮਰਜ਼ੀ ਵੇਚੇ ਪਹਿਲਾਂ ਇਹ ਅਧਿਕਾਰ ਨਹੀਂ ਸੀ ਤੇ ਉਹਦੇ ਵਿੱਚ ਜਿਹੜੇ ਕੁਝ ਹੈਗੇ ਆ ਫਸਲਾਂ ਜਿਨ੍ਹਾਂ ਨੂੰ ਉਹਦੇ ਵਿੱਚੋਂ ਕੱਢ ਵੀ ਦਿੱਤਾ ਗਿਆ ਹੈ ਵੀ ਅ ਉਹਦੇ ਵਿੱਚ ਖਾਸ ਲੋੜੀ ਦੀਆਂ ਵਸਤਾਂ ਜਿੰਨਾਂ ਚ ਹੈਗੀਆਂ ਨੇ ਉਹਨਾਂ ਨੇ ਲਿਆ ਅਨਾਜ ਤੇਲ ਤੇਲ ਦਾਣੇ ਪਿਆਜ਼ ਆਲੂ ਇਹ ਜਿਹੜੇ ਲੋੜੀ ਦੀਆਂ ਵਸਤੂਆਂ ਜਿਹੜੀਆਂ ਨੇ ਉਹਨਾਂ ਤੋਂ ਬਾਹਰ ਇਹਨਾਂ ਨੂੰ ਕਰ ਦਿੱਤਾ ਗਿਆ ਤੇ ਹੁਣ ਕਿਸਾਨ ਇਹਨਾਂ ਦੀ ਵਿਕਰੀ ਤੇ ਭੰਡਾਰ ਇਹਨਾਂ ਚੀਜ਼ਾਂ ਦਾ ਉਹ ਕਰ ਸਕਦਾ ਜੀ ਤੇ ਇਹਦੇ ਨਾਲ ਹੁਣ ਫਾਇਦਾ ਵੀ ਹੋਣਾ ਕਿਉਂਕਿ ਕਈ ਤਾਂ ਇਹ ਕਰ ਰਹੇ ਆ ਕਿ ਜਿਹੜਾ ਕਿਉਂਕਿ ਸਿੱਧੇ ਤੌਰ ਤੇ ਕਾਰਪੋਰੇਟ ਕੰਪਨੀਆਂ ਜਿਹੜੀਆਂ ਨੇ ਉਹੋ ਕਿਸਾਨ ਨਾਲ ਸੰਪਰਕ ਕਰਨਗੇ ਅਤੇ ਕਿਸਾਨ ਤੋਂ ਸਿੱਧਾ ਲੈ ਕੇ ਚਰੀਆਂ ਜਾਣਗੇ ਤੇ ਉਹ ਕੱਲ ਜਦੋਂ ਨਾਲ ਭੰਡਾਰ ਕਰ ਲਿਆ ਤੋਂ ਮਹਿੰਗੇ ਰੇਟ 'ਚ ਵੀ ਵੇਚਣਗੇ। ਤੇ ਮਹਿੰਗੇ ਰੇਟ 'ਚ ਦੂਸਰੇ ਪਾਸੇ ਵੀ ਤਾਂ ਵੇਚਣਗੇ ਪਰ ਇੱਕ ਚੀਜ਼ ਮਰੇ ਇੱਥੇ ਸਵਾਲ ਇਹ ਹੈ ਵੀ ਦੇਖੋ ਜਿਸ ਤਰ੍ਹਾਂ ਤੁਸੀਂ ਕਿਹਾ ਫਾਇਦਾ ਤੇ ਨੁਕਸਾਨ ਦੋਨਾਂ ਨੇ ਫਾਇਦਾ ਸਾਨੂੰ ਇਹ ਹੋਇਆ ਪੰਜਾਬ ਦੇ ਕਿਸਾਨ ਨੂੰ ਵੀ ਤੁਸੀਂ ਭਾਰਤ ਦੇ ਵਿੱਚ ਕਿਤੇ ਵੀ ਜਾ ਕੇ ਆਪਣੀ ਫਸਲ ਨੂੰ ਵੇਚ ਸਕਦੇ ਹੋ ਤੁਹਾਨੂੰ ਆਜ਼ਾਦੀ ਆ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੋਵੇਗੀ। ਦੂਸਰਾ ਨੁਕਸਾਨ ਇਹ ਹੈ ਕਾਰਪੋਰੇਟ ਜਿਹੜੀਆਂ ਕੰਪਨੀਆਂ ਨੇ ਉਹ ਤੁਹਾਨੂੰ ਪਤਾ ਵੀ ਕਿਸ ਤਰ੍ਹਾਂ ਕੇ ਕੰਮ ਕਰਦੀਆਂ ਨੇ ਉਹਨਾਂ ਨੇ ਘੱਟ ਤੋਂ ਘੱਟ ਜਿਹੜੀ ਵੀ ਚੀਜ਼ ਪ੍ਰਾਈਸ ਤੁਹਾਨੂੰ ਦੇਣੀ ਹੁੰਦੀ ਹੈ ਤੇ ਅੱਗੇ ਜਾ ਕੇ ਵੱਧ ਭਾਅ ਉਹ ਵੇਚਣੀ ਹੁੰਦੀ ਆ ਠੀਕ ਆ ਫਾਰ ਇਗਜ਼ਾਮਪਲ ਪੰਜਾਬ ਜਿਹੜਾ ਕਿਸਾਨਾਂ ਦਾ ਟਮਾਟਰ ਰੋੜਿਆ ਕਿਸਾਨਾਂ ਦੇ ਆਲੂ ਰੋੜਿਆ ਕਿਸਾਨਾਂ ਦੇ ਪਿਆਜ਼ ਰੋੜਿਆ ਹਰ ਚੀਜ਼ ਹੈ ਜਿਹੜੀ ਉਹ ਰੋੜੀ ਆ ਠੀਕ ਆ ਅਗਰ ਲੇਕਿਨ ਤੁਸੀਂ ਉਹਨੂੰ ਖਰੀਦਣ ਜਾਂਦੇ ਸੀਗੇ ਤਾਂ ਉੱਥੇ ਉਹ ਤੁਹਾਨੂੰ 50 ਰੁਪਏ ਕਿਲੋ ਤੋਂ ਕਈ ਚੀਜ਼ਾਂ ਦਾ ਰੇਟ ਜ਼ਿਆਦਾ ਮਿਲਦਾ ਸੀਗਾ ਠੀਕ ਆ ਕਿਸਾਨ 2 ਰੁਪਏ ਕਿਲੋ ਵੀ ਚੁਕਾਉਂਦਾ ਰਿਹਾ ਜਦੋਂ ਇਹ ਚੀਜ਼ਾਂ ਜਿੰਨੀ ਦੇਰ ਸਰਕਾਰ ਦਾ ਕੰਟਰੋਲ ਹੈ ਆਫਟਰ ਆਲ ਜੇ ਕਿਤੇ ਕਿਸਾਨ ਜਾ ਕੇ ਆਪਣੀ ਐਜੀਟੇਸ਼ਨ ਕਰਦੇ ਸੀ ਸਰਕਾਰ ਮੰਨ ਜਾਂਦੀ ਸੀ ਸਰਕਾਰ ਉਹਨਾਂ ਨੂੰ ਇੱਕ ਬਣਦਾ ਮੁਆਵਜ਼ਾ ਫਿਰ ਵੀ ਦੇਣ ਦੀ ਕੋਸ਼ਿਸ਼ ਕਰਦੀ ਸੀ ਪਰ ਤੁਹਾਨੂੰ ਲੱਗਦਾ ਕਿ ਕਿਉਂਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਤਾਂ ਇਸ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਜਦੋਂ ਸਰਕਾਰ ਦੇ ਵਿੱਚੋਂ ਨਿਕਲ ਗਜੂਗੀ ਤਾਂ ਸੁਣਵਾਈ ਕਿੱਥੇ ਕਿ ਹੋਊਗੀ ਨਾ ਪਰ ਉਹਦੇ ਵਿੱਚ ਜਿਹੜਾ ਇਹ ਕਾਨੂੰਨ ਹੈ ਇਹਦੇ ਵਿੱਚ ਇਹ ਵੀ ਹੈ ਕਿ ਫਾਰਮਰਸ ਐਗਰੀਮੈਂਟ ਪ੍ਰਾਈਸ ਇੰਸ਼ੋਰੈਂਸ ਹੂੰ ਇੱਕ ਸ਼ਬਦ ਇੰਸ਼ੋਰੈਂਸ ਸ਼ਬਦ ਆਇਆ ਵਿੱਚ ਅੱਛਾ ਜਿਹੜਾ ਉਹਨੂੰ ਦਾ ਫਾਰਮ ਜਿਹੜਾ ਐਗਰੀਮੈਂਟ ਹੈ ਕੰਪਨੀਆਂ ਨੇ ਪਹਿਲਾਂ ਹੀ ਕਿਸਾਨਾਂ ਦੇ ਕਿਸਾਨ ਕੰਪਨੀ ਨਾਲ ਐਗਰੀਮੈਂਟ ਕਰ ਸਕਦਾ ਹੈ ਫਸਲ ਪੀਜਣ ਤੋਂ ਪਹਿਲਾਂ ਓਕੇ ਜਿਹੜੀ ਚੀਜ਼ ਦੀ ਹੈ ਮੰਗ ਸੀ ਕਿਸਾਨ ਨੇ ਕੀ ਹੁੰਦਾ ਸੀ ਹੁਣ ਜਿਵੇਂ ਕਿ ਹੁਣ ਹੋਇਆ ਕਿਸਾਨ ਨੇ ਕੀ ਕੀਤਾ ਕਿ ਉਹਨੇ ਆਲੂ ਵੇਚਤਾ ਉਹਨੇ 50 ਕਰੇ ਆਲੂ 50 ਏਕੜ ਵੇਚਤਾ ਉਸ ਤੋਂ ਬਾਅਦ ਕੀ ਹੈ ਕਿ ਉਹ ਆਲੂ ਨੂੰ ਕੋਈ ਮਾਰਕੀਟ ਦੇ ਵਿੱਚ ਚੱਕਣ ਵਾਲਾ ਨਹੀਂ ਆਇਆ ਉਹ ਆ ਕੇ ਜਿਹੜੇ ਆ ਕਿਸਾਨ ਉਹ ਆਲੂ ਸੜਕਾਂ ਤੇ ਸੁੱਟ ਦਿੰਦੇ ਆ ਇਸ ਤਰ੍ਹਾਂ ਹੀ ਟਮਾਟਰ ਨਾਲ ਹੁੰਦਾ ਪਰ ਇਹਦੇ ਵਿੱਚ ਕੀ ਹੈ ਕਿ ਜਿਹੜੀਆਂ ਕਾਰਪੋਰੇਟ ਕੰਪਨੀਆਂ ਨੇ ਉਹ ਪਹਿਲਾਂ ਕਿਸਾਨ ਨਾਲ ਆ ਕੇ ਪ੍ਰਾਈਸ ਫਿਕਸ ਕਰਨਗੀਆਂ ਵੇਚਣ ਤੋਂ ਪਹਿਲਾਂ ਉਸ ਤੋਂ ਬਾਅਦ ਫਿਰ ਉਹਦਾ ਇੰਸ਼ੋਰੈਂਸ ਵੀ ਹੋਊਗਾ ਵੀ ਜੇਕਰ ਉਹਦਾ ਰੇਟ ਘਟਦਾ ਹੈ ਜਾਂ ਵੱਧਦਾ ਹੈ ਜਾਂ ਕੋਈ ਉਹਨੂੰ ਉਸ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਜਿਹੜੀ ਉਹ ਦੇਣਦਾਰ ਹੈ ਕਿਉਂਕਿ ਦੋਨੇ ਜਿਹੜੀ ਕਾਰ ਜਿਹੜੀ ਕੰਪਨੀ ਹੈ ਤੇ ਕਿਸਾਨ ਉਹ ਸਿੱਧੇ ਆਮੋ ਸਾਹਮਣੇ ਹੋਗੇ ਹੋਣ ਉਹਦੇ ਨਾਲ ਕਿਸਾਨ ਦੀ ਫਸਲ ਰੁੱਲੂਗੇ ਨਹੀਂ ਕਿਉਂ ਕੰਪਨੀ ਦਾ ਪਹਿਲਾਂ ਹੀ ਉਹਨਾਂ ਨਾਲ ਜਦੋਂ ਐਗਰੀਮੈਂਟ ਕਰ ਲਿਆ ਕਿ ਇਹ ਤੁਹਾਨੂੰ ਜੀ ਤੁਸੀਂ ਇੰਨੇ ਕਿਲੇ ਵੇਚ ਰਹੇ ਹੋ ਇਹ ਅਸੀਂ ਚੱਕਾਂਗੇ ਤੇ ਫਿਕਸ ਰੇਟ ਮਿਲੂਗਾ ਹੂੰ ਤੇ ਇਸ ਕਿਸਾਨ ਨੂੰ ਜਿੱਥੇ ਮਰਜ਼ੀ ਜਾ ਕੇ ਵੇਚਣ ਦੀ ਇਜਾਜ਼ਤ ਆ ਹੁਣ ਅੱਗੇ ਕੀ ਸੀ ਵੀ ਅਸੀਂ ਪੰਜਾਬ ਤੋਂ ਜਾ ਕੇ ਹਰਿਆਣੇ 'ਚ ਆਪਣੀ ਹਰੀ ਮਿਰਚ ਆਲੂ ਨਹੀਂ ਵੇਚ ਸਕਦੇ ਸੀ ਸਾਨੂੰ ਇੱਥੇ ਵੇਚਣਾ ਪੈਂਦਾ ਸੀ ਜਾਂ ਕੋਈ ਵੀ ਫਸਲ ਤੁਸੀਂ ਲਾ ਲਓ ਵੀ ਦੂਜੀ ਥਾਂ ਤੇ ਨਹੀਂ ਵੇਚ ਸਕਦੇ ਸੀ ਪਰ ਹੁਣ ਉਹ ਸਾਨੂੰ ਵੇਚਣ ਦਾ ਅਧਿਕਾਰ ਮਿਲ ਗਿਆ ਕਿਸਾਨ ਨੂੰ ਤੇ ਇਹ ਨਾਲ ਇੱਕ ਵੱਡੀ ਹੋਰ ਚੀਜ਼ ਬੜੀ ਜਿਹੜੀ ਹੈ ਖਾਸ ਹੈ ਉਹ ਇਹ ਹੈ ਕਿ ਸਾਡੀਆਂ ਦੋ ਮੁੱਖ ਫਸਲਾਂ ਆਸੀ ਪੰਜਾਬ ਦੀਆਂ ਜੇਰੀ ਤੇ ਕਣਕ ਤੇ ਦੋਨਾਂ ਕਰਕੇ ਪਾਣੀ ਦੋਨਾਂ ਦੇ ਵਿੱਚ ਵੱਧ ਵਰਤੋਂ ਚ ਆਉਂਦਾ ਸੀ ਤੇ ਪਾਣੀ ਦਾ ਪੱਧਰ ਹੀਠਾਂ ਜਾ ਰਿਹਾ ਸੀ ਤੇ ਸਰਕਾਰ ਕਹਿੰਦੀ ਸੀ ਵੀ ਤੁਸੀਂ ਬਦਲਵੀਂ ਖੇਤੀ ਦਾ ਵਿਭਿੰਨਤਾ ਲਿਆ ਕੇ ਆਓ ਖੇਤੀ ਦੇ ਵਿੱਚ ਵੀ ਹੋਰ ਫਸਲਾਂ ਬੀਜੋ ਕਿਸਾਨ ਹੋਰ ਫਸਲ ਵੱਲ ਜਾਂਦਾ ਨਹੀਂ ਸੀ ਕਿਉਂ ਨਹੀਂ ਜਾਂਦਾ ਸੀ ਉਹ ਡਰਦਾ ਸੀ ਕਿਉਂਕਿ ਸਿਕਿਉਰ ਨਹੀਂ ਸੀ ਇਹਨਾਂ ਦੋਨਾਂ ਫਸਲਾਂ ਦਾ ਸਰਕਾਰ ਪਹਿਲਾਂ ਕੀਮਤ ਨਿਸ਼ਚਿਤ ਕਰਦੀ ਹੈ ਕਿ ਕਣਕ ਦਾ ਰੇਟ ਆ ਹੈ ਕਾਵਲ ਦਾ ਰੇਟ ਆ ਹੈ ਤੇ ਉਹਨੇ ਰੇਟ ਦੇ ਉੱਤੇ ਸਰਕਾਰ ਨੂੰ ਉਹ ਫਸਲ ਚੱਕਣੀ ਪੈਂਦੀ ਸੀ ਚਾਹੇ ਸਰਕਾਰ ਨੂੰ ਉਹ ਜਿੰਨਾ ਚਾਹੀਦਾ ਕੋਟਾ ਉਸ ਤੋਂ ਕਿਤੇ ਟਣਾ ਵੱਧ ਉਹ ਪੈਦਾਵਾਰ ਹੋ ਜਾਂਦੀ ਸੀ ਪਰ ਸਰਕਾਰ ਨੂੰ ਚੱਕਣੀ ਪੈਂਦੀ ਸੀ ਉਹਨੂੰ ਆਪਣੇ ਸਟੋਰਾਂ ਦੇ ਵਿੱਚ ਡੰਪ ਕਰਨੀ ਪੈਂਦੀ ਸੀ ਸਟੋਰਾਂ ਦੇ ਵਿੱਚ ਗਲ ਰਹੀ ਹੈ ਘਟਾਉਣਾ ਦੇ ਵਿੱਚ ਹਾਂ ਹੁਣ ਉਹ ਕੰਟਰੈਕਟ ਹੋਊਗਾ ਤੁਸੀਂ ਉਹਨੀਆਂ ਫਸਲ ਦੀ ਪੈਦਾਵਾਰ ਕਰੋਗੇ हां ਹੁਣ ਕੀ ਇਹ ਕਿਹਦੇ ਚ ਵਿਭਿੰਨਤਾ ਆਊਗੀ ਕਿਉਂਕਿ ਜਿਵੇਂ ਪ੍ਰਾਈਵੇਟ ਕੰਪਨੀ ਬਾਹਰ ਜਦੋਂ ਹੁਣ ਕਾਰਪੋਰੇਟ ਕੰਪਨੀ ਆਉਣਗੀਆਂ ਉਹ ਆ ਕੇ ਉਹਨਾਂ ਨੂੰ ਕਹਿਣਗੀਆਂ ਕਿ ਸਾਨੂੰ ਆ ਚੀਜ਼ ਚਾਹੀਦੀ ਹੈ ਤਾਂ ਕਿਸਾਨ ਸਿਕਿਉਰ ਹੋਊਗਾ ਵੀ ਮੈਂ ਇਹ ਚੀਜ਼ ਬੀਜੂਗਾ ਮੇਰੀ ਮਾਰਕੀਟ ਸੋ ਚੱਕੀ ਜਾਣੀ ਹੈ ਅੱਗੇ ਕੀ ਸੀ ਕਿਸਾਨ ਆਪਣੀ ਫਸਲ ਬੀਜ ਦਿੰਦਾ ਸੀ ਉਹਨੂੰ ਕੋਈ ਮੰਡੀ ਤੇ ਵਿੱਚ ਲੈਣ ਵਾਲੀ ਨਹੀਂ ਹੁੰਦਾ ਸੀ ਹੂੰ ਹੂੰ ਜੇ ਬਿਲਕੁਲ ਤਾਂ ਹੁਣ ਉਹ ਮੰਡੀ ਦੇ ਵਿੱਚ ਉਹਨੂੰ ਖਰੀਦਣ ਵਾਲਾ ਤਾਂ ਹੋਏਗਾ ਇਹਦੇ ਨਾਲ ਹੁਣ ਲੋਕ ਹੈ ਜਿਹੜਾ ਜੀਰੀ ਹੈ ਜਾਂ ਕਣਕ ਹੈ ਉਸ ਵੱਲੋਂ ਦੂਜੇ ਪਾਸੇ ਨੂੰ ਵੀ ਉਹ हां दूसरी फासला वालों वो भी और नादा जेड़ा रुख है वो हो सकता है क्योंकि अक्सर यही कहा जाता है हा, कि हां जी क्योंकि अक्सर ਕਿਸਾਨਾਂ ਵੱਲੋਂ ਵੀ ਇਹ ਗੱਲ ਕਹੀ ਜਾਂਦੀ ਸੀ ਕਿ ਵੀ ਦੇਖੋ ਜੀ ਸਾਡੂ ਸਾਡੀ ਕੋਈ ਫਸਲ ਹੋਰ ਕੋਈ ਖਰੀਦਦਾ ਨਹੀਂ ਅਸੀਂ ਹੋਰ ਬੀਜੀਏ ਕੀ ਠੀਕ ਹੈ ਸਾਡੇ ਕੋਲ ਮੰਡੀ ਹੈ ਨਹੀਂਗੀ ਉਹ ਠੀਕ ਹੈ ਮੇਰਾ خیال ਇਹ ਇੱਕ ਅੱਛਾ ਕਦਮ ਹੈ ਸਰਕਾਰ ਦਾ ਮੇਰਾ خیال ਹੈ ਜਿਹੜੇ ਬਾਕੀ ਰਸਤੇ ਵੀ ਆ ਹੋਰ ਫਸਲਾਂ ਦੇ ਵੀ ਕਿਸਾਨ ਉਧਰ ਨੂੰ ਵੀ ਹੋ ਸਕਦੇ ਆ ਹੋ ਸਕਦਾ ਦੇਖੋ ਕਿਤੇ ਜੀਰੀ ਤੋਂ ਸਾਡਾ ਛੁਟਕਾਰਾ ਹੋ ਜਾਵੇ ਤੇ ਸਾਨੂੰ ਹੋਰ ਫਸਲਾਂ ਤੋਂ ਕਿਸਾਨ ਨੂੰ ਜਿਹੜੀ ਉਹ ਕਮਾਈ ਹੋਣ ਲੱਗ ਪਵੇ ਪੰਜਾਬ ਦਾ ਪਾਣੀ ਹੈ ਜਿਹੜਾ ਉਹ ਕਿੰਨਾ ਬਚ ਸਕਦਾ ਬੜੇ ਫਾਇਦੇ ਹੋ ਸਕਦੇ ਇਸ ਇਸ ਆਪਣੇ ਜਿਹੜਾ ਸਰਕਾਰ ਦੇ ਫੈਸਲੇ ਦੇ ਨਾਲ ਅੱਛਾ ਇੱਕ ਦਿੱਲੀ ਅੰਮ੍ਰਿਤਸਰ ਕਟੜਾ ਜਿਹੜਾ ਹਾਈਵੇ ਦੀ ਗੱਲ ਚੱਲ ਰਹੀ ਹੈ ਠੀਕ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨਾਲ ਸਾਂਝ ਪਾਓ ਕਿਉਂਕਿ ਉਹ ਬਹੁਤ ਵੱਡਾ ਲੰਬਾ ਜਿਹੜਾ ਹਾਈਵੇ ਆ ਉਸ ਪ੍ਰੋਜੈਕਟ ਨੂੰ ਮੇਰੇ ਅਕਲ ਮਨਜ਼ੂਰੀ ਮਿਲ ਗਈ ਹੈ ਤੇ ਉਹ ਕਿੱਥੋਂ ਕਿੱਥੋਂ ਲੰਘਣਾ ਹੈ ਤੇ ਕੀ ਕੀ ਮਤਲਬ ਉਹਦੀ ਪਲੈਨਿੰਗ ਹੈਗੀ ਆ ਇਹ ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ ਕਿ ਕੱਲ ਨੂੰ ਫਾਈਨਲ ਹਰੀ ਝੰਡੀ ਸੈਂਟਰ ਸਰਗਰਮੈਂਟ ਨੇ ਦੇ ਦਿੱਤੀ ਹੈ ਜਿਹੜਾ ਦਿੱਲੀ ਅਮਰਸਰ ਕਟੜਾ ਐਕਸਪ੍ਰੈਸ ਜਿਹੜਾ ਹਾਈਵੇ ਹੈ ਤੇ ਇਹਦੇ ਚ ਪਹਿਲਾਂ ਦਾ ਅਮਰਸਰ ਸਾਈਡ ਤੇ ਰਹਿ ਗਿਆ ਸੀ ਇਹਦਾ ਜਿਹੜਾ ਰੂਟਰ ਨੇ ਬਣਾਇਆ ਸੀ ਦਿੱਲੀ ਤੋਂ ਇਧਰ ਦਿਰੋਧਕਪੇੜ ਦੀ ਆ ਕੇ ਖਨੌਰੀ ਦੇ ਵਿੱਚੋਂ ਇਹ ਪੰਜਾਬ ਦੇ ਵਿੱਚ ਖਨੌਰੀ ਤੋਂ ਐਂਟਰ ਕਰਦਾ ਸੀ ਤੇ ਖਨੌਰੀ ਤੋਂ ਅੱਗੇ ਆਗਾ ਪਾਤਣਾ ਪਾਤਣਾ ਤੋਂ ਇਹਨੇ ਸਿੱਧਾ ਭਵਾਨੀਗੜ੍ਹ ਤੇ ਭਵਾਨੀਗੜ੍ਹ ਤੋਂ ਸਿੱਧਾ ਲੁਧਿਆਣਾ ਲਿਜਾਣਾ ਤੋਂ ਜਲੰਧਰ ਤੇ ਜਲੰਧਰ ਤੋਂ ਕਾਦੀਆਂ ਹੋ ਕੇ ਤੇ ਸਿੱਧਾ ਇਸ ਨੂੰ ਅੱਗੇ ਜਿਹੜਾ ਹੈ ਕਰਤਾਰਪੁਰ ਕਰਤਾਰਪੁਰ ਤੋਂ ਕਾਦੀਆਂ ਤੇ ਕਾਦੀਆਂ ਤੋਂ ਸਿੱਧਾ ਗਰਦਾਸਪੁਰ ਨੂੰ ਜੋੜਿਆ ਗਿਆ ਸੀ ਪਠਾਨਕੋਟ ਤੇ ਅੱਗੇ ਕੱਟੜੇ ਜਾਣਾ ਇਹਦੇ ਵਿੱਚ ਇਹ ਫਿਰ ਸੰਗਰੂਰ ਅਤੇ ਅਗਰੇ ਭਵਾਨੀਗੜ੍ਹ ਵਿੱਚ ਦੀ ਲੰਗ ਰੇਤ ਵਿੱਚ ਇਹਦਾ ਮਤਲਬ ਸੰਗਰੂਰ ਮਲੇਰਕੋਲਾ ਇਹ ਸ਼ਹਿਰ ਨਹੀਂ ਜੁੜਨਗੇ ਨਹੀਂ ਇਹ ਸ਼ਹਿਰ ਨਹੀਂ ਜੁੜਨਗੇ ਕਿਉਂਕਿ ਇਹਨਾਂ ਸ਼ਹਿਰਾਂ ਦੇ ਵਿਚਕਾਰ ਨੈਸ਼ਨਲ ਹਾਈਵੇ ਪਹਿਲੇ ਹੀ ਸੈਂਟਰ ਗਵਰਨਮੈਂਟ ਵੱਲੋਂ ਜਿਹੜੀ ਦਿੱਲੀ ਤੋਂ ਆ ਰਹੀ ਹੈ ਹਮ ਰੋਡ ਉਹ ਖਨੌਰੀ ਤੋਂ ਪਤਨ ਤਾਂ ਆ ਰਹੀ ਹੈ ਉਹ ਪਾਤਣਾ ਤੋਂ ਪਹਿਲਾਂ ਹੀ ਅ ਅੱਗੇ ਆ ਰਹੀ ਹੈ ਸੰਗਰੂਰ ਤੇ ਸੰਗਰੂਰ ਤੋਂ ਜਾ ਰਹੀ ਹੈ ਧੋਰੀ ਮਲੇਰ ਕੋਟਲਾ ਲੁਧਿਆਣਾ ਤੇ ਜਲੰਧਰ ਨਿੱਧਰ ਨੂੰ ਜਾ ਰਹੀ ਹੈ ਪਰ ਇਹ ਜਿਹੜਾ ਨਵਾਂ ਹਾਈਵੇ ਆ ਇਹ ਖਨੌਰੀ ਤੋਂ ਸਿੱਧਾ ਭਵਾਨੀਗੜ੍ਹ ਨੂੰ ਅ ਪਾਤਣਾ ਤੋਂ ਭਵਾਨੀਗੜ੍ਹ ਭਵਾਨੀਗੜ੍ਹ ਤੋਂ ਸਿੱਧਾ ਲੁਧਿਆਣੇ ਨੂੰ ਤੇ ਲੁਧਿਆਣੇ ਤੋਂ ਇਹ ਜਲੰਧਰ ਕਰਤਾਰਪੁਰ ਨਾ ਇੱਥੋਂ ਹੋ ਹੈਗਾ ਅ ਨਕੋਦਰ ਲੁਧਿਆਣੇ ਤੋਂ ਨਕੋਦਰ ਤੇ ਨਕੋਦਰ ਤੋਂ ਜਲੰਧਰ ਤੇ ਕਰਤਾਰਪੁਰ ਉਸ ਤੋਂ ਬਾਅਦ ਕਾਦੀਆਂ ਕਾਦੀਆਂ ਉਸਦਾ ਗੁਰਦਾਸਪੁਰ ਨੂੰ ਪਰ ਹੁਣ ਜਿਹੜਾ ਹੈਗਾ ਉਹ ਮੰਗ ਸੀ ਪਹਿਲਾਂ ਕਿਉਂਕਿ ਅੰਮ੍ਰਿਤਸਰ ਸਾਈਡ ਤੇ ਰਹਿ ਗਿਆ ਸੀ ਹੁਣ ờ ਸ਼ਰੋਣੀ ਕਾਲੀਦਲ ਨੇ ਵੀ ਕਾਫੀ ਜ਼ੋਰ ਲਾਇਆ ਇਹਨਾਂ ਨੇ ਸ਼ਰੋਣੀ ਗੁੱਤਰਾ ਪ੍ਰਬੰਧ ਕਮੇਟੀ ਨੇ ਆਪਣੇ ਵੱਲੋਂ ਕਾਫੀ ਕੋਸ਼ਿਸ਼ਾਂ ਕੀਤੀਆਂ ਕਿ ਇਹ ਜਿਹੜਾ ਇਹਦੇ ਨਾਲ ਜੋੜਨਾ ਚਾਹੀਦਾ ਅੰਮ੍ਰਿਤਸਰ ਨੂੰ 33 ਸਾਲ ਨੂੰ ਵੀ ਇਸ ਕਰਕੇ ਹੁਣ ਕੀ ਉਹਨਾਂ ਨੇ ਕੀ ਕੀਤਾ ਕਿ ਜਿਹੜਾ ਕਰਤਾਰਪੁਰ ਤੋਂ ਜਿਹੜਾ ਅੰਮ੍ਰਿਤਸਰ ਨੂੰ ਜਾ ਰਹੀ ਹੈ ਜਲੰਧਰ ਤੋਂ ਜਿਹੜੀ ਅੰਮ੍ਰਿਤਸਰ ਮੇਨ ਹਾਈਵੇ ਹੈ ਜਿਹੜਾ ਸਾਡਾ ਉਹਨੂੰ 6 ਲੇਨ ਕੀਤਾ ਜਾ ਰਿਹਾ ਓਕੇ ਉਹਨੂੰ 6 ਲੇਨ ਦੀ ਮਨਜ਼ੂਰੀ ਦਿੱਤੀ ਹੈ ਉਹ 6 ਲੇਨ ਹੋ ਕੇ ਉਹ ਆ ਕੇ ਉਸੇ ਜਿਹੜਾ ਹੈਗਾ ਇਹ ਸਾਡਾ ਜਿਹੜਾ ਨਵਾਂ ਬਣ ਰਿਹਾ ਹੈ ਹਾਈਵੇ ਉਸ ਦੇ ਨਾਲ ਜੁੜ ਕੀ ਸਰਕਾਰ ਨੇ ਇਹਦੀ ਕੋਈ ਡੈਡਲਾਈਨ ਵੀ ਦਿੱਤੀ ਹੈ ਵੀ ਹਾਂ ਫਲਾਣੇ ਸਾਲ ਤੱਕ ਜਾਂ ਇਸ ਇੰਨੇ ਸਮੇਂ ਦੇ ਵਿੱਚ ਇਹ ਪੂਰਾ ਕਰ ਲਿਆ ਜਾਵੇਗਾ ਉਹਦੀ ਕੱਲ ਪ੍ਰਵਾਨਗੀ ਦੇ ਦਿੱਤੀ ਹੈ ਤੇ ਇਹਦਾ ਕੋਈ ਦਿਨ ਪਹਿਲਾਂ ਜਿਹੜਾ ਜ਼ਮੀਨ ਜਿਹੜੀ ਹੁੰਦੀ ਹੈ ਜਗਾ ਹੁੰਦੀ ਹੈ ਸੜਕਾਂ ਵਾਸਤੇ ਜਿਹੜੀ ਭਾਰਤ ਸਰਕਾਰ ਮੰਤਰਾਲਾ ਵੱਲੋਂ ਹੁੰਦੀ ਹੈ ਅਕਵਾਇਰ ਕਰਨੀ ਹੁੰਦੀ ਹੈ ਉਹਦਾ ਨੋਟਿਸ ਆਲਰੇਡੀ ਪਹਿਲਾਂ ਆ ਚੁੱਕਿਆ ਉਹਦੀ ਸ਼ੁਰੂ ਕਰ ਦਿੱਤੀ ਗਈ ਹੈ ਉਹਦਾ ਓਕੇ ਅੱਛਾ ਇੱਕ ਚੀਜ਼ ਹੋਰ ਦੱਸੋ ਇੱਕ ਪੰਜਾਬ ਸਰਕਾਰ ਨੇ ਭਾਸ਼ਾ ਵਿਭਾਗ ਦਾ ਜਿਹੜਾ ਗਠਨ ਹੈ ਉਹ ਕੋਈ ਆਪਣੇ ਭਾਸ਼ਾ ਵਿਭਾਗ ਸਲਾਹਕਾਰ ਬੋਰਡ ਦਾ ਕੋਈ ਗਠਨ ਜਿਹੜਾ ਕੀਤਾ ਉਹ ਕੀ ਹੈ ਅਸਲ ਦੇ ਵਿੱਚ ਤੇ ਉਹਦਾ ਫਾਇਦਾ ਕੀ ਹੋਊਗਾ ਭਾਸ਼ਾ ਭਾਗ ਪੰਜਾਬ ਦਾ ਇੱਕ ਜਿਹਹਾ ਵਿਭਾਗ ਬਣਾਇਆ ਗਿਆ ਸੀ ਜਿਹੜਾ ਕਿ ਪੰਜਾਬੀ ਸਾਹਿਤ ਦੇ ਲਈ ਪੰਜਾਬੀ ਭਾਸ਼ਾ ਦੇ ਲਈ ਪੰਜਾਬੀ ਸਭਿਆਚਾਰ ਦੀ ਉਹਦੀ ਪਰਫੁੱਲਤਾ ਲਈ ਕੰਮ ਕਰਦਾ ਤੇ ਹਰ ਜ਼ਿਲ੍ਹਾ ਹੈੱਡ ਕੁਆਟਰ ਦੇ ਉੱਤੇ ਭਾਸ਼ਾ ਭਾਗ ਦਫ਼ਤਰ ਬਣਾਏ ਗਏ ਜਿਹੜੇ ਕਿ ਲੋਕਾਂ ਨੂੰ ਕਿਤਾਬਾਂ ਦੇ ਨਾਲ ਜੋੜਨ ਜਿਹੜੇ ਕਿ ਲੋਕਾਂ ਨੂੰ ਸਾਹਿਤ ਦੇ ਨਾਲ ਜੋੜਨ ਲੋਕਾਂ ਦੇ ਵਿੱਚ ਸੇਧ ਦੇ ਸਾਹਿਤ ਕਾਰਨ ਉਸ ਸਾਹਿਤ ਕਰਨ ਤੇ ਉਹਦੇ ਲਈ ਹਰ ਸਾਲ ਨਾਮ ਦਿੱਤੇ ਜਾਂਦੇ ਸੀ ਬੜਾ ਵਧੀਆ ਜਨ ਸਾਹਿਤ ਤੇ ਪੰਜਾਬੀ ਦੁਨੀਆ ਨਾਂ ਦੇ بڑے ਵਧੀਆ ਮੈਗਜ਼ੀਨ ਵੀ ਜਿਹੜਾ ਭਾਸ਼ਾ ਭਾਗ ਆ ਉਹ ਸ਼ਾਪ ਕੇ ਪੈਦਾ ਸੀ ਤੇ ਜਿਹੜਾ ਹਰ ਘਰ ਦੇ ਵਿੱਚ ਸਸਤੇ ਰੇਟ ਤੇ ਹੁੰਦਾ ਸੀ ਤੇ ਹਰ ਘਰ ਦੇ ਵਿੱਚ ਜਾਂਦਾ ਸੀ ਬਹੁਤ ਉਹਨੂੰ ਲੋਕ ਪਿਆਰ ਨਾਲ ਪੜਦੇ ਸੀ ਜਨ ਸਾਹਿਤ ਨੂੰ ਤੇ ਪੰਜਾਬੀ ਦੁਨੀਆ ਉਹ ਇੱਕ ਖੋਜ ਪੱਤਰਕਾ ਸੀ ਉਹਨੂੰ ਬੜਾ ਪਿਆਰ ਨਾਲ ਪੜਦੇ ਸੀ ਤਾਂ ਹੌਲੀ-ਹੌਲੀ ਦੋਨਾਂ ਦਾ ਭੋਗ ਪਾ ਦਿੱਤਾ ਗਿਆ ਤੇ ਹੌਲੀ-ਹੌਲੀ ਕੀ ਹੋਇਆ ਕਿ ਜਿਹੜੇ ਪੁਰਾਣੇ ਭਾਸ਼ਾ ਭਾਗ ਦੇ ਜਿਹੜੇ ਕਰਮਚਾਰੀ ਸੀ ਉਹ ਵੀ ਰਿਟਾਇਰ ਹੁੰਦੇ ਗਏ ਉਹ ਰਟਾਇਰ ਹੋਣ ਤੋਂ ਬਾਅਦ ਹੌਲੀ ਹੌਲੀ ਸਮਾਂ ਇਸ ਤਰ੍ਹਾਂ ਦਾ ਆ ਗਿਆ ਕਿ ਹੁਣ ਬਹੁਤ ਸਾਰੇ ਜਿਹੜਾ ਪੱਦਰਾਂ ਦੇ ਉੱਤੇ ਜਿਹੜੇ ਭਾਸ਼ਾ ਅਫਸਰ ਹੈ ਜਿਸੇ ਭਾਸ਼ਾ ਅਫਸਰ ਉਹਨੇ ਗਿਣਤੀ ਘਟ ਗਿਉ ਹੈ ਨਹੀਂ ਕਿ ਪਰ ਭਾਸ਼ਾ ਭਾਗ ਕੋਲੇ ਕੋਈ ਵੀ ਕਿਸੇ ਤਰ੍ਹਾਂ ਦਾ ਫੰਡ ਨਹੀਂ ਕਈ ਸਾਲਾਂ ਤੋਂ ਜਿਹੜੇ ਪ੍ਰੋਗਰਾਮ ਨੇ ਉਹ ਬੰਦ ਪਏ ਆ ਕਈ ਸਾਲਾਂ ਤੋਂ ਜਿਹੜੇ ਪੁਰਾਣੇ ਇਨਾਮ ਦੇਣੇ ਆ ਹਰ ਸਾਲ ਇਨਾਮ ਦਿੱਤੇ ਜਾਂਦੇ ਆ ਸਾਇਦ ਕਾਰਾਂ ਨੂੰ ਉਹ ਪੈਂਡਿੰਗ ਪਏ ਆ ਉਹ ਨਹੀਂ ਦਿੱਤੇ ਜਾਂਦੇ ਕਿਉਂਕਿ ਭਾਸ਼ਾ ਭਾਗ ਕੋਲੇ ਕੋਈ ਵੀ ਫੰਡ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਨਹੀਂ ਰੱਖਿਆ ਜਾਂਦਾ ਪਰ ਇਸ ਮੈਂ ਜਿਹੜਾ ਮਹਿਕਮਾ ਉਹ ਸਪੈਸ਼ਲ ਜਿਹੜਾ ਸਾਡਾ ਹੈਗੇ ਆ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਉਹਨਾਂ ਦੇ ਅੰਡਰ ਆਉਂਦਾ ਹੈ ਤੇ ਰਤਨ ਬਾਜਵਾ ਜੀ ਜਿਹੜੇ ਸਾਡੇ ਮੰਤਰੀ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਕੱਲ ਇੱਕ ਸਲਾਹਕਾਰ ਬੋਰਡ ਦਾ ਗਠਨ ਕੀਤਾ ਗਿਆ ਤੇ ਉਹਦੇ ਚ ਹਰ ਖੇਤਰ ਦੇ ਵਿੱਚੋਂ ਬੰਦੇ ਲੈ ਉਹਦੇ ਚ ਪੱਤਰਕਾਰ ਵੀ ਲੈ ਜਾਂਦੇ ਆ ਉਹਦੇ ਸਹਿਯੋਗਕਾਰ ਹੁੰਦੇ ਆ ਉਹਦੇ ਚ ਕਲਾਕਾਰ ਵੀ ਹੁੰਦੇ ਆ ਗਾਇਕ ਵੀ ਹੁੰਦੇ ਆ ਗੀਤਕਾਰ ਵੀ ਹੁੰਦੇ ਆ ਤੇ ਹਰ ਖੇਤਰ ਦੇ ਵਿੱਚੋਂ ਬੰਦੇ ਲੈ ਜਾਂਦੇ ਆ ਤੇ ਗਾਇਕੀ ਦੇ ਖੇਤਰ ਦੇ ਵਿੱਚੋਂ ਉਹਦੇ ਚਕਤਾ ਭਮੀਪਾਈ ਨੂੰ ਸ਼ਾਮਿਲ ਕੀਤਾ ਗਿਆ ਬਾਹਰ ਬੋਰਡ ਦੇ ਵਿੱਚ ਤੇ ਇੱਕ ਬਲਕਾਰ ਸਿੱਧੂ ਨੂੰ ਤੇ ਇੱਕ ਹਰਦੀਪ ਨੂੰ ਹੰਡੀ ਸ਼ਹਿਰ ਪਟਿਆਲੇ ਦੇ ਜਿੰਦਾ ਗਾਣਾ ਸ਼ਹਿਰ ਪਟਿਆਲੇ ਵਾਲਾ ਇਹ ਤੇ ਹਾਂ ਇਹ ਤਿੰਨ ਗਾਣੇ ਜਿਹੜੇ ਗਾਇਕ ਵੀ ਉਹਦੇ ਸ਼ਾਮਲ ਕੀਤੇ ਗਏ ਬੋਰਡ ਦੇ ਵਿੱਚ ਪਰ ਹੈਰਾਨੀ ਦੀ ਇੱਕ ਜਿਹੜੀ ਬੜੀ ਹਾਸੋਹੀਣੀ ਇਸ ਦੇ ਵਿੱਚ ਘਟਨਾ ਵਾਪਰੀ ਆ ਇਸ ਘਟਨਾ ਕਰਮ ਦੇ ਵਿੱਚ ਉਹ ਕੀ ਹੋਇਆ ਕਿ ਕਮਾਲ ਹੀ ਕਰਤੀ ਬੋਰਡ ਦਾ ਜਦੋਂ ਕੱਲ ਰਿਲੀਜ਼ ਕੀਤਾ ਕਹਤਾ ਜਿਹੜਾ ਬੋਰਡ ਆ ਗਠਨ ਕੀਤਾ ਗਿਆ ਬੋਰਡ ਦੇ ਵਿੱਚ ਇੱਕ ਅਜਿਹੀ ਸ਼ਖਸੀਅਤ ਜਿਹੜੇ ਕਿ ਫੌਤ ਹੋ ਚੁੱਕੇ ਆ ਹਲਵਿਦਾ ਕਹਿ ਕੇ ਸਾਨੂੰ ਸਵਰਗਵਾਸ ਹੋ ਗਿਆ ਹੈ ਮੇਰੀ ਬਰਾਤ ਹੈ ਸਾਡੇ ਡਾਕਟਰ ਮੁਹੰਮਦ ਜਮੀਲ ਜਿਹੜੇ ਕਿ ਮਲੇਰ ਕੋਟਲਾ ਕਾਲਜ ਦੇ ਵਿੱਚ ਪਹਿਲਾਂ ਵਰਗਡ ਹੁੰਦੇ ਸੀ ਉਹ ਰਹੇ ਆ ਉੱਥੇ ਪ੍ਰਿੰਸੀਪਲ ਰਹਨੇ ਤੇ ਬੜੇ ਅچھے ਰਾਈਟਰ ਸੀ ਉਰਦੂ ਦੇ ਤੇ ਉਹਨਾਂ ਦੀ ਜਨਵਰੀ 2020 ਦੇ ਵਿੱਚ ਮੌਤ ਹੋ ਗਈ ਸੀ ਉਹਨਾਂ ਦਾ ਨਾਮ ਵਿੱਚ ਪਾ ਲਿਆ ਉਹ ਸਾਨੂੰ ਸਾਸਰੀ ਕਬ ਹਲਵਿਦਾ ਕਹਿ ਕੇ ਚਲੇ ਗਏ ਪਰ ਉਹਨਾਂ ਨੂੰ ਵੀ ਐਡਵਾਈਜ਼ਰੀ ਸਲਾਹਕਾਰ ਬੋਰਡ ਦੇ ਵਿੱਚ ਜਿਹੜਾ ਗਠਨ ਕੀਤਾ ਗਿਆ ਬੋਰਡ ਦੇ ਵਿੱਚ ਉਹਨਾਂ ਦਾ ਨਾਮ ਵੀ ਸ਼ਾਮਿਲ ਕਰ ਦਿੱਤਾ ਗਿਆ। ਸੋ ਇਥੋਂ ਸਾਨੂੰ ਪਹਿਲਾਂ ਹੀ ਪਤਾ ਲੱਗਦਾ ਵੀ ਬੋਰਡ ਕਿੰਨਾ ਕੁ ਕੰਮ ਕਰੂਗਾ। ਹਾਂ ਤੇ ਉਹ ਦੇਖੋ ਮੇਰਾ خیال ਕੁਝ ਲੋਕਾਂ ਨੂੰ ਆਦੇਦਾਰੀਆਂ ਦੇ ਕੇ ਖੁਸ਼ ਕਰਨਾ ਹੁੰਦਾ ਮੇਰਾ ਖਿਆਲ ਉਹ ਸ਼ਾਇਦ ਇਹ ਸਿਰਫ ਉਹੀ ਚੀਜ਼ ਹੈ ਇਹ ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਕੁਝ ਚਲੋ ਨਿਕਲਣਾ ਹੈ। ਚਲੋ ਉਮੀਦ ਕਰਦੇ ਹਾਂ ਵੀ ਕਿਤੇ ਪਾਸ਼ਾ ਵਿਭਾਗ ਹੈ ਜਿਹੜਾ ਉਹਦੇ ਵਿੱਚ ਦੁਬਾਰਾ ਜਾਨ ਪਵੇ ਕਿਉਂਕਿ ਜਿਹੜੇ ਲੋਕਲ ਕਲਾਕਾਰ ਸੀਗੇ ਅਕਸਰ ਆਪਾਂ ਦੇਖਦੇ ਹੁੰਦੇ ਸੀ ਕਿ ਉਹਨਾਂ ਦੀ ਮਤਲਬ ਤੋਰੀ ਫੁਲਕਾ ਜਿਹੜਾ ਇਸ ਵਿਭਾਗ ਦੇ ਨਾਲ ਜੁੜ ਕੇ ਜਿਹੜਾ ਚੱਲਦਾ ਸੀਗਾ ਕੁਝ ਘਰਾਂ ਦੀ ਰੋਟੀ ਇਸ ਕਾ ਇਸ ਵਿਭਾਗ ਦੇ ਨਾਲ ਜੁੜ ਕੇ ਚਲਦੀ ਸੀ ਮੇਰਾ ਖਿਆਲ ਆ ਚੰਗਾ ਕਦਮ ਹੋਊਗਾ ਅਗਰੇ ਹੋ ਜਾਵੇ ਤਾਂ ਨਹੀਂ ਕੁਝ ਘਰਾਂ ਤਾਂ ਗੱਲ ਛਡੋ ਅਸੱਚ ਗੱਲ ਇਹ ਹੈ ਕਿ ਜਿਹੜਾ ਭਾਸ਼ਾ ਵਿਭਾਗ ਬਣਾਇਆ ਗਿਆ ਸੀ ਬਣਾਇਆ ਹੀ ਸਾਡਾ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਸੀ ਹੂੰ ਹੂੰ ਤੇ ਜਦੋਂ ਪੰਜਾਬੀ ਭਾਸ਼ਾ ਦੇ ਲਈ ਕੋਈ ਉਹਨਾਂ ਨੇ ਫੰਡ ਹੀ ਨਹੀਂ ਰੱਖਿਆ ਜਦੋਂ ਕੋਈ ਫੰਡ ਹੀ ਹੈ ਨਹੀਂ ਵੇ ਜਦੋਂ ਸਹਿਤ ਕਮੇਸ਼ਾਦ ਕਰਨੋਂ ਤੇ ਸਹਿਤ ਕਾ ਪਹਿਲਾਂ ਹੁੰਦਾ ਸੀ ਗੋਸ਼ਟੀਆਂ ਕਰਵਾਉਂਦੇ ਸੀ ਮੈਗਜ਼ੀਨ ਪਬਲਿਸ਼ ਕੀਤੇ ਜਾਂਦੇ ਸੀ ਸਹਿਤ ਗੋਸ਼ਟੀਆਂ ਹੁੰਦੀਆਂ ਉਹਨਾਂ ਵਾਸਤੇ ਥਾਂ ਥਾਂ ਤੇ ਪਿੰਡਾਂ ਦੇ ਵਿੱਚ ਤੱਕ ਵੀ ਸ਼ਹਿਰਾਂ ਛੋਟੇ ਛੋਟੇ ਸ਼ਹਿਰਾਂ ਤੱਕ ਵੀ ਕੋਈ ਫੰਡ ਉਹਨਾਂ ਨੂੰ ਹੈਲਪ ਕੀਤੀ ਜਾਂਦੀ ਸੀ ਸਹਿ ਸੁਭਾਵਾਂ ਨੂੰ ਕਿ ਤੁਸੀਂ ਸਹਿ ਸੁਭਾਵਾਂ ਦਾ ਗਠਨ ਕਰੋ ਤੁਸੀਂ ਸਹਿਤ ਕਰਨ ਨੂੰ ਕੱਤਰ ਕਰੋ ਬੱਚਿਆਂ ਦੇ ਸਕੂਲਾਂ ਦੇ ਵਿੱਚ ਭਾਸ਼ਣ ਮੁਕਾਬਲੇ ਕਰਵਾਏ ਜਾਂਦੇ ਨਾਟਕ ਮੁਕਾਬਲੇ ਕਰਾਏ ਜਾਂਦੇ ਭਾਸ਼ਾ ਵੰਗ ਨੂੰ ਸਾਰਾ ਕੁਝ ਬੰਦ ਹੋ ਗਿਆ ਬਿਲਕੁਲ ਹੀ ਤੇ ਭਾਸ਼ਾ ਦੀ ਪਰਫੁੱਲਤਾ ਲਈ ਉੱਥੇ ਹੋਣ ਕੁਝ ਵੀ ਇਸ ਤਰ੍ਹਾਂ ਦਾ ਕੋਈ ਵੀ ਕਾਰਜ ਨਹੀਂ ਹੋ ਰਿਹਾ ਜਿਹੜਾ ਕਿ ਇਸ ਡਿਪਾਰਟਮੈਂਟ ਵੱਲੋਂ ਕੀਤਾ ਜਾਵੇ ਇਹ ਤਾਂ ਬਸ ਇੱਕ ਹੋਣਾ ਕਾਗਜੀ ਪੱਤਰੀ ਦੇ ਵਿੱਚ ਜਿਵੇਂ ਹੈ ਉਹ ਸਾਡਾ ਵਿਭਾਗ ਬਸ ਚੱਲੀ ਜਾਂਦਾ ਪਰ ਇਹਦੀ ਕੋਈ ਸਾਰੇ ਸਹਿਯੋਤਕਰ ਜਿਹੜੇ ਆ ਉਹ ਇਸ ਵੱਲੋਂ ਨਾਰਾਜ਼ ਨੇ ਉਹਨਾਂ ਦੀ ਮੰਗ ਹੈ ਕਿ ਇੱਕ ਵੱਡਾ ਬਜਟ ਹੋਣਾ ਚਾਹੀਦਾ ਤੇ ਲਈ ਤੇ ਉਹਨੂੰ ਲਾਗੂ ਕਰਨਾ ਚਾਹੀਦਾ ਬਹੁਤ ਸਾਰਾ ਕਿਉਂਕਿ ਛੋਟੇ ਛੋਟੇ ਖਬਰਾਂ ਨਵੇਂ-ਨਵੇਂ ਕਿਉਂਕਿ ਸਾਡੇ ਜੇ ਅਸੀਂ ਲਾਈਏ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੀਆਂ ਜੀ ਖਬਰਾਂ ਚਾਹ ਰਹੀ ਨੀ ਕਿਉਂਕਿ ਹਰ ਬੰਦੇ ਅ ਅੱਜ ਕੱਲ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਕੱਲ ਬੜੀ ਇੱਕ ਏਕੇਦਮ ਬੜੀ ਫਲੈਸ਼ ਹੋਈ ਖਬਰ ਸੋਸ਼ਲ ਮੀਡੀਆ ਦੇ ਉੱਤੇ ਵੀ ਨਵਜੋਤ ਸਿੱਧੂ ਆਮ ਆਦਮੀ ਪਾਰਟੀ ਜਾ ਰਹੇ ਨੇ ਇੱਕ ਏਕੇਦਮ ਲਾਲਾ ਲਾਲਾ ਹੋ ਗਈ ਸਾਰੇ ਤੈਗਾ ਮੱਚ ਗਿਆ ਵੀ ਅੱਛਾ ਜੀ ਨਵਜੋਤ ਸਿੱਧੂ ਜਾ ਰਿਹਾ ਪਰ ਪਤਾ ਜਿਹੜਾ ਉਹ ਅਜੇ ਤੱਕ ਕੋਈ ਅੱਜੀ ਖਬਰ ਨਹੀਂ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜਿਹੜੇ ਹੈਗੇ ਇੰਚਾਰਜ ਨੇ ਜਰਨੈਲ ਸਿੰਘ ਉਹਨਾਂ ਨੇ ਜਿੱਦ ਕੰਡਣ ਕੀਤਾ ਉਹ ਕਹਿੰਦੇ ਵੀ ਕੋਈ ਇਹੋ ਜੀ ਗੱਲ ਨਹੀਂ ਗਈ ਹੂੰ ਦੂਸਰੇ ਪਾਸੇ ਉਹਨਾਂ ਨੇ ਖੁਦ ਆਪ ਕੁਝ ਨਹੀਂ ਕਿਹਾ ਜੋ ਸਿੰਘ ਸਿੱਧੂ ਇਸ ਗੱਲ ਤੇ ਕੋਈ ਨਹੀਂ ਬੋਲੇ ਪਰ ਮੀਡੀਆ ਬੋਲ ਰਿਹਾ ਕਹਿੰਦੇ ਚ ਇਹ ਆਮ ਆਦਮੀ ਪਾਰਟੀ ਜੁਆਇੰਟ ਕਰ ਰਹੀ ਹੈ ਪਰ ਲੱਗਦਾ ਨਹੀਂ ਕਿ ਕੋਈ ਕੋ ਆਮ ਆਦਮੀ ਪਾਰਟੀ ਜੁਆਇੰਟ ਕਰਨ ਕਾਰਨ ਉਸਦਾ ਇਹ ਹੈ ਕਿ ਉਹ ਵੀ ਇੱਕ ਸਿਆਸੀ ਬੰਦੇ ਨੇ ਹੂੰ ਇਹਨੇ ਤਾਂ ਉਹ ਸਿਆਣੇ ਹੈਗਾ ਵੀ ਪਹਿਲਾਂ ਉਹ ਭਾਰਤੀ ਜਨਤਾ ਪਾਰਟੀ ਦੀ ਚ ਰਹਿ ਤੇ ਹੁਣ ਉਹ ਕਾਂਗਰਸ ਦੇ ਵਿੱਚ ਨੇ ਦੋ ਸਾਡੀਆਂ ਵੱਡੀਆਂ ਨੈਸ਼ਨਲ ਪਾਰਟੀਆਂ ਨੇ ਤੇ ਉਹਨਾਂ ਦੇ ਵਿੱਚੋਂ ਰਹਿ ਚੁੱਕੇ ਆ ਤੇ ਉਹ ਜੇ ਤੀਜੀ ਪਾਰਟੀ ਜੁਆਇਨ ਕਰਨਗੇ ਤੇ ਇਸ ਤੋਂ ਬਾਅਦ ਉਹਨਾਂ ਕੋਲੇ ਕੋਈ ਬਦਲ ਨਹੀਂ ਅੱਗੇ ਜਾਂ ਤਾਂ ਫਿਰ ਉਹ ਰਾਮੂ ਵਾਲੀ ਆ ਸਾਫ ਆਪਾਂ ਕਿਤੇ ਹੋਰ ਸਟੇਟ ਚਲੇ ਜਾ ਕੇ ਫਿਰ ਜਨਤਾ ਪਾਰਟੀ ਜਾਊਂ ਤੇ ਕਿਤੇ ਦੇਖਣ ਫਿਰ ਉਹ ਲੱਭਣਗੇ ਚਲੋ ਕੋਰ ਇੱਕ ਉਹ ਮੇਰੇ ਖਿਆਲ ਨਵਜੋਤ ਸਿੱਧੂ ਰਹੀ ਇੱਕ ਵਕਰੀ ਕਿਸਮ ਦੀ ਰਾਜਨੀਤੀ ਕਰ ਰਹੇ ਆ ਉਹਨਾਂ ਦੇ ਮਨ ਦੇ ਵਿੱਚ ਕੀ ਆ ਸ਼ਾਇਦ ਆਈ ਥਿੰਕ ਹੀ ਇਜ਼ ਵੇਟਿੰਗ ਫॉर द राइट ਟਾਈਮ ਹਾਂ ਤੇ ਪਰ ਜਿਹੜੇ ਲੋਕਾਂ ਨੇ ਕਿਆਸ ਰਾਈਆਂ ਲਾਈਆਂ ਜਾ ਰਹੇ ਜੀ ਉਹ ਨਾਲੇ ਅਸਲ ਵਿੱਚ ਗੱਲ ਇਹ ਆ ਵੀ ਹੁਣ ਲੋਕ ਘਰਾਂ ਦੇ ਵਿੱਚ ਬੈਠੇ ਆ ਹੁਣ ਕੁਝ ਕਰਨ ਨੂੰ ਹੋਰ ਹੈ ਨਹੀਂਗਾ ਤੇ ਚਲੋ ਕੀ ਇਹਨੇ ਗੋਸਪ ਕਰਨ ਦੇ ਲਈ ਕੋਈ ਚਾਹ ਦੇ ਟੇਬਲ ਦੇ ਉੱਤੇ ਕੋਈ ਜਿਹੜੀ ਖਬਰ ਆ ਉਹ ਮਿਲ ਜਾਂਦੀ ਆ ਅੱਛਾ ਜਿਹੜਾ ਕਰੋਨਾ ਦੇ ਹਾਲਾਤ ਨੇ ਅੱਜ ਕੱਲ ਕਿਉਂਕਿ ਇੱਕ ਵਾਰ ਪੰਜਾਬ ਦੇ ਬਾਰਡਰ ਸੀ ਜਿਹੜੇ ਉਹ ਵੀ ਖੁੱਲ ਗਏ ਸੀ ਸਾਰਾ ਕੁਝ ਹੋਰ ਚੀਜ਼ਾਂ ਵੀ ਠੀਕ ਹੋ ਰਹੀਆਂ ਸੀਗੀਆਂ ਔਰ ਬੜੀਆਂ ਸਟੇਟਸ ਦੇ ਵਿੱਚ ਹਾਲਾਤ ਆਮ ਵਰਗੇ ਹੋ ਰਹੇ ਸੀ ਪੰਜਾਬ ਦੇ ਇਹ ਖਬਰਾਂ ਆਉਣ ਲੱਗ ਪਈ ਸੀ ਪੰਜ ਜ਼ਿਲ੍ਹੇ ਕਰੋਨਾ ਮੁਕਤ ਹੋ ਗਏ ਆ ਸੰਗਰੂਰ ਦੇ ਵਿੱਚ ਕੋਈ ਕੇਸ ਨਹੀਂ ਬਲਟ 올 ਆਫ ਸੱਡਨ ਐ ਜਿਹੜੀਆਂ ਕੇਸਸ ਨੇ ਜਿਹੜੇ ਉਹਨਾਂ ਦਾ ਵਧਣਾ ਸ਼ੁਰੂ ਹੋ ਗਿਆ ਹੁਣ ਤਾਜ਼ਾ ਹਾਲਾਤ ਕੀ ਨੇ ਬੜੇ ਬਰੀਫ ਲਫ਼ਜ਼ਾਂ ਦੇ ਵਿੱਚ ਕਹਾਂਗੇ ਆਪਾਂ ਫਿਰ ਥੋੜੀ ਦੇਰ ਪ੍ਰੋਗਰਾਮ ਰੈਪ ਅਪ ਵੀ ਕਰਾਂਗੇ ਬਈ ਲੋਕਾਂ ਨੂੰ ਇਹ ਮਹਿਸੂਸ ਹੀ ਨਹੀਂ ਹੋ ਰਿਹਾ ਵੀ ਹੁਣ ਲੋਕਾਂ ਨੇ ਫੀਲਿੰਗ ਜੀ ਛੱਡਤੀ ਆ ਲੋਕ ਬਿਨਾ ਡਰ ਤੁਰੇ ਫਿਰਦੇ ਆ ਕੋਈ ਨਹੀਂ ਡਰ ਰਿਹਾ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਕਰੋਨਾ ਹੁੰਦਾ ਨਹੀਂ ਕਿਉਂਕਿ ਜਦੋਂ ਖਬਰ ਸਵੇਰਾ ਦੇਖਦੇ ਆ ਤਾਂ ਜਿਵੇਂ ਹੁਣ ਸਾਡੇ ਪੰਜਾਬ ਦੇ ਵਿੱਚ ਹੁਣ ਤੱਕ ਕੁੱਲ ਮਾਮਲੇ ਜਿਹੜੇ ਆ ਉਹ 2450 ਨੇ ਤੇ ਉਹਦੇ ਵਿੱਚ ਠੀਕ ਹੋ ਗਏ ਉਹਦੇ ਵਿੱਚ 2039 ਤੇ ਕੁੱਲ ਡੈਥ ਹੋਈਆਂ ਉਹਦੇ ਵਿੱਚ ਸਾਡੇ ਪੰਜਾਬ 'ਚ 48 ਤੇ ਇਸ ਕਰਕੇ ਹੁਣ ਜਨਤਾ ਆਮ ਬਜ਼ਾਰਾਂ ਵਿੱਚ ਜੋ ਸਫਰਦੀ ਹੈ ਨਹੀਂ ਕੋਈ ਬਹੁਤਾ ਵੀ ਠੀਕ ਆ ਲੋਕਾਂ ਨੇ ਕੇਅਰ ਵਜੋਂ ਵੀ ਉਹ 마ਸਕ ਲਾ ਕੇ ਰੱਖਦੇ ਨੇ ਕਿਉਂਕਿ ਜਿਹੜਾ ਪੰਜਾਬ ਪੁਲਿਸ ਨੇ ਚਲਾਣ ਬੜੇ ਜ਼ੋਰ ਸ਼ੋਰ ਨਾਲ ਕੱਟਨੇ ਸ਼ੁਰੂ ਕੀਤੇ ਹੋਏ ਆ ਕਿ ਉਹ ਖਬਰਾਂ ਆ ਰਹੀਆਂ ਕਹਿੰਦੇ ਪੰਜਾਬ ਸਰਕਾਰ ਵਾਸਤੇ ਕਹਿੰਦੇ ਵੀ 70 ਕਰੋੜ ਦੇ ਚਲਾਣ ਕੱਟ ਕੇ ਦੇਣੇ ਆ ਨਹੀਂ ਇਹੋ ਜੀਆਂ ਫੁਆਹਾਂ ਨੇ ਪਰ ਇਸ ਤਰ੍ਹਾਂ ਕੋਈ ਸਰਕਾਰ ਨਹੀਂ ਕਹਿੰਦੀ ਕਿ ਤੁਸੀਂ ਇੰਨਾ ਕੋਟਾ ਸਾਨੂੰ ਕਰਕੇ ਦਿਓ ਵੀ ਇਹਨੇ ਚਲਾਣ ਕੱਟੋ ਪਰ ਇਹ ਲੋਕਾਂ ਦੇ ਵਿੱਚ ਆ ਕਿਉਂਕਿ ਚਲਾਣ ਕਾਫੀ ਕੱਟੇ ਜਾ ਰਹੇ ਆ ਵੀ ਜਿਹੜਾ ਕੋਈ ਪੁਤਾਹੀ ਕਰਦਾ ਕਿਸੇ ਨੇ 마ਸਕ ਨਹੀਂ ਲਾਇਆ ਜਾਓ ਹੋ ਮੋਟਰਸਾਈਕਲ ਦੇ ਉੱਤੇ ਤਿੰਨ ਸਵਾਰੀਆਂ ਬੈਠੀਆਂ ਨੇ ਬਿਨਾ ਮਾਸਕ ਤੋਂ ਬੈਠੀਆਂ ਨੇ ਜਾਂ ਕਾਰ ਦੇ ਵਿੱਚ ਕੋਈ ਜ਼ਿਆਦਾ ਬੈਠੇ ਆ ਜਾਂ ਡਿਸਟੈਂਸ ਨਹੀਂ ਉਹਨਾਂ ਚ ਤਾਂ ਇਸ ਤਰ੍ਹਾਂ ਦੇ ਪੁਲਿਸ ਨੇ ਕਾਫੀ ਪਰ ਸਿੱਧੂ ਸਾਹਿਬ ਮੈਂ ਤੁਹਾਨੂੰ ਇੱਕ ਚੀਜ਼ ਨਾ ਇੱਥੇ ਥੋੜੀ ਜਿਹੀ ਐਡ ਕਰਨੀ ਆ ਇਹ ਥੋੜੇ ਇਸ ਵਿਸ਼ੇ ਨਾਲੋਂ ਆਪਣੇ ਨਾਲੋਂ ਵੱਖਰੀ ਆ ਬਟਕੀ ਨੇ ਨਿਊਯਾਰਕ ਦੇ ਵਿੱਚ ਕੀ ਆ ਆ ਜਿਹੜੇ ਟ੍ਰੈਫਿਕ ਪੁਲਿਸ ਵਾਲੇ ਨੇ ਉਹ ਅਲੱਗ ਡਿਪਾਰਟਮੈਂਟ ਹੈ ਉਹ ਸੜਕਾਂ ਦੇ ਉੱਤੇ ਤੁਰੇ ਫਿਰਦੇ ਆ ਤੇ ਉਹਨਾਂ ਨੇ ਦੇਖਣਾ ਹਰੇ ਗੱਡੀ ਦਾ ਟੈਗ ਚੈੱਕ ਕਰਨਾ ਅਗਰ ਕਿਸੇ ਦਾ ਟੈਗ ਐਕਸਪਾਇਰ ਹੈ ਜਾਂ ਕਿਉਂਕਿ ਇੱਥੇ ਮੀਟਰ ਪਾਰਕਿੰਗ ਹੈ ਵੀ ਅਗਰ ਤੁਸੀਂ 15 ਮਿੰਟ ਦੀ ਪਾਰਕਿੰਗ ਲਾਉਣੀ ਹੈ ਤੇ ਤੁਸੀਂ ਉਹ ਚੈੱਕ ਕੁਆਟਰ ਪਾਓ 2 ਕੁਆਟਰ ਪਾਓ ਇਸ ਤਰ੍ਹਾਂ ਇਸ ਤਰ੍ਹਾਂ ਦੇ ਹਿਸਾਬ-ਕਿساب ਹੈ ਤੁਸੀਂ 2 ਘੰਟੇ ਦੀ ਪਾਰਕਿੰਗ ਲੈਣੀ ਹੈ ਉਹਦੇ ਲਈ ਤੁਹਾਨੂੰ 2 ਡਾਲਰ 3 ਡਾਲਰ ਤੋਂ ਜ਼ਿਆਦਾ ਦਾ ਪੈਸੇ ਵੀ ਜਿਹੜੀ ਪਬਲਿਕ ਪਾਰਕਿੰਗ ਹੈ ਪ੍ਰਾਈਵੇਟ ਪਾਰਕਿੰਗ ਜਿਸ ਤਰ੍ਹਾਂ 70 80 ਡਾਲਰ ਹੈ ਜਿਹੜੀ ਉਹ ਤਕਰੀਬਨ 25 30 ਡਾਲਰ ਤੋਂ ਘੰਟੇ ਤੋਂ ਸ਼ੁਰੂ ਹੁੰਦੀ ਹੈ ਪਰ ਜਿਹੜੀ ਸਰਕਾਰ ਟਿਕਟਾਂ ਲਾਉਂਦੀ ਹੈ ਜਿਹਨੂੰ ਤੁਸੀਂ ਚਲਾਣ ਕਹਿੰਦੇ ਹੋ ਚਲਾਣ ਘਟਦੀ ਹੈ ਇੱਥੇ ਜਿਹੜੀ ਉਹ ਟਿਕਟ ਲਾਉਂਦੀ ਹੈ ਉਹ ਜੇ ਤੁਹਾਡੇ ਨਾਲ ਉਹਨਾਂ ਨੇ ਆ ਕੇ ਕੋਈ ਗੱਲ ਨਹੀਂ ਕਰਨੀ ਤੁਹਾਡੀ ਲੋਕ ਗੱਡੀ ਲੋਕ ਹੈ ਤੁਸੀਂ ਕਿਸੇ ਆਫਿਸ ਜਾ ਕੇ ਕਿਤੇ ਗਏ ਹੋਏ ਹੋ ਤੁਹਾਡੀ ਗੱਡੀ ਦਾ ਟਾਈਮ ਐਕਸਪਾਇਰ ਹੋ ਗਿਆ ਉਹਨਾਂ ਨੇ ਆ ਕੇ ਤੁਹਾਨੂੰ ਟਿਕਟ ਲਿਖਣੀ ਆ ਅਤੇ ਤੁਹਾਡੀ ਗੱਡੀ ਦੇ ਵਿੰਡਸ਼ੀਲਡ ਦੇ ਵਿੱਚ ਵਾਈਪਰ ਦੇ نیچے ਫਸਾ ਕੇ ਚਲੀ ਜਾਣੀ ਆ ਉਹ ਪ੍ਰੇਮ ਪੱਤਰ ਤੁਹਾਨੂੰ 95 ਡਾਲਰ ਦਾ ਵੀ ਹੋ ਸਕਦਾ 60 ਦਾ ਵੀ ਹੋ ਸਕਦਾ 65 ਦਾ ਵੀ ਹੋ ਸਕਦਾ 120 ਡਾਲਰ ਦਾ ਵੀ ਹੋ ਸਕਦਾ ਕੈਬਰੀ ਜਿਹੜੇ ਬੰਦੇ ਦੀ ਦਿਹਾੜੀ ਹੁੰਦੀ ਆ ਉਹ 70-80 ਡਾਲਰ ਹੁੰਦੀ ਹੈ ਤੇ ਟਿਕਟ 165 ਡਾਲਰ ਦੀ ਲੱਗੀ ਹੁੰਦੀ ਆ ਕਿਉਂਕਿ ਇਹ ਡਿਪੈਂਡ ਕਰਦਾ ਵੀ ਕਿਸ ਏਰੀਏ ਦੇ ਵਿੱਚ ਤੁਹਾਡੀ ਗੱਡੀ ਹੈ ਜਿਹੜੀ پارک ਹੈ ਬਟ ਉਹਦਾ ਟਿਕਟ ਲਾਉਣ ਵਾਲੇ ਨੂੰ ਕੀ ਫਾਇਦਾ ਹੁੰਦਾ ਟਿਕਟ ਲਾਉਣ ਵਾਲੇ ਨੂੰ ਇਹ ਫਾਇਦਾ ਕਿ ਉਹਨਾਂ ਦਾ ਉਹਦੇ ਵਿੱਚ ਕਮਿਸ਼ਨ ਹੈ ਹੂੰ ਸੋ ਮੇਰਾ ਖਿਆਲ ਅਗਰ ਪੰਜਾਬ ਸਰਕਾਰ ਪੰਜਾਬ ਪੁਲਿਸ ਦੇ ਨਾਲ ਇਹ ਕਮਿਸ਼ਨ ਕਰ ਲਵੇ ਵੀ 20% ਤੁਹਾਡਾ ਹੂੰ ਜਦਵਿੰਦਰ ਸਿੱਧੂ ਦੀ ਗੱਡੀ ਖੜੀ ਆ ਠੀਕ ਹੈ ਜਦਵਿੰਦਰ ਸਿੱਧੂ ਦੀ ਐਸਐਸਪੀ ਨਾਲ ਸਿੱਧੀ ਗੱਲਬਾਤ ਆ ਉਹਨਾਂ ਨੇ ਯਾਦਵਿੰਦਰ ਸਿੰਘ ਨੂੰ ਕੁਝ ਕਹਿਣਾ ਨਹੀਂ ਉਹ ਚੁੱਪ ਕਰਕੇ ਉਹਦੀ ਟਿਕਟ ਲਾਉਣ ਠੀਕ ਹੈ ਤੇ ਚਲੇ ਜਾਣ ਹੁਣ 100 ਰੁਪਏ ਪਿੱਛੇ ਤਾਂ ਯਾਦਵਿੰਦਰ ਸਿੰਘ ਜਾਂ 1000 ਰੁਪਏ ਪਿੱਛੇ ਤਾਂ ਯਾਦਵਿੰਦਰ ਸਿੰਘ ਐਸਐਸਪੀ ਨੂੰ ਕਹਿਣੋ ਰਿਹਾ ਨਾ ਹੁਣ ਬਿਹਤਰ ਗੱਲ ਇਹ ਆ ਵੀ ਉਹ ਟਿਕਟ ਪੇ ਕਰੂਗਾ ਤੇ 200 ਰੁਪਿਆ ਉਹਦੇ ਵਿੱਚੋਂ ਕੱਟ ਕੇ ਆ ਜਿਹੜਾ ਉਹ ਉਸ ਪੁਲਿਸ ਵਾਲੇ ਨੂੰ ਚਲਾ ਜਾਵੇ ਤੇ 800 ਰੁਪਿਆ ਸਰਕਾਰ ਨੂੰ ਚਲਾ ਜਾਵੇ ਮੇਰਾ ਖਿਆਲ ਇਹ ਦੇ ਨਾਲ ਕਰਾਪਸ਼ਨ ਵੀ ਘਟ ਜਊਗੀ ਤੇ ਇਹਦੇ ਨਾਲ ਕੀ ਕਹਿੰਦੇ ਨੇ ਨਹੀਂ ਇਹ ਕੁਛ ਤਾਂ ਮੈਂ ਤੇ ਅਰਦਾਸ ਜੀ ਕੀਤਾ ਹੋਇਆ ਚੰਡੀਗੜ੍ਹ ਦੇ ਵਿੱਚ ਕੁਛ ਇਸ ਤਰ੍ਹਾਂ ਕੀਤਾ ਹੋਇਆ ਚੰਡੀਗੜ੍ਹ ਦੇ ਵਿੱਚ ਕੁਝ ਜਿਹੜੇ ਐਨਜੀਓ ਜਿਹੜੇ ਪੁਰਾਣੇ ਬੰਦੇ ਤੈ ਹੋਏ ਉਹ ਨਾਲ ਖੜਦੇ ਆ ਕਿ ਕੁਝ ਇਸ ਤਰ੍ਹਾਂ ਦੇ ਕਿਉਂਕਿ ਅਗਰ 70 ਕਰੋੜ ਦੀ ਹੁਣ ਤੁਸੀਂ ਜਿਸ ਤਰ੍ਹਾਂ ਗੱਲ ਕਹੀ ਆ ਆਮ ਸੌਰੀ ਤੇ ਫਿਰ ਮੇਰਾ ਖਿਆਲ ਜੇ ਅਗਲੇ ਸਾਲ ਪੁਲਿਸ ਵਾਲਿਆਂ ਦੀ ਟੈਕਸ ਰਿਟਰਨ ਆ ਜਿਹੜੀ ਉਹ ਥੋੜੀ ਵੱਧ ਹੋਣੀ ਚਾਹੀਦੀ ਹੈ ਕਿਉਂਕਿ 70 ਕਰੋੜ ਸਾਰਾ ਤਾਂ ਉੱਪਰ ਜਾਣਾ ਨਹੀਂ ਇਸ ਤਰ੍ਹਾਂ ਦੇ ਇਹ ਜਿਹੜੀ ਗੱਲ ਆ ਉਹ ਕੋਈ ਗਰਮਾ ਗਰਮ ਲੋਕਾਂ ਨੂੰ ਮਸਾਲਾ ਚਾਹੀਦਾ ਕਿ ਇਹ ਕਹਿਣ ਦੀਆਂ ਗੱਲਾਂ ਨੇ ਵੀ ਸਤਕੂਰ ਵੀ ਕਰਕੇ ਦਿਓ ਜੀ ਇਹਨਾਂ ਕਰਕੇ ਦਿਓ ਵੀ ਨਹੀਂ ਚਲਾਨ ਕੱਟਨੇ ਆ ਕਿਉਂਕਿ ਲੋਕ ਦੇ ਦੇਖਦੇ ਆ ਕਿ ਚਲਾਨ ਕੱਟੇ ਜਾ ਰਹੇ ਆ ਤੇ ਇਹੋ ਜਿਹਿਆਂ ਵੀ ਚਲਾਨ ਦੇਖੋ ਜਿਹਦਾ ਚਲਾਨ ਕੱਟਿਆ ਜਾਣਾ ਉਹਦੇ ਕੋਈ ਨਾ ਕੋਈ ਘਾਟ ਹੋਏਗੀ ਤਾਂ ਹੀ ਕੱਟਿਆ ਜਾ ਰਿਹਾ ਕਿਉਂਕਿ ਪੂਰਾ ਨਹੀਂ ਕਰ ਰਿਹਾ ਜੋ ਰੂਲਸ ਨੇ ਠੀਕ ਹੈ ਪਰ ਉਸੇ ਥੋੜਾ ਜਿਹਾ ਫਰਕ ਹੁੰਦਾ ਉਹ ਇਹ ਹੁੰਦਾ ਵੀ ਜਿਹੜੇ ਤਾਂ ਅਮੀਰ ਲੋਕ ਨੇ ਜਿਹੜੇ ਪਹੁੰਚ ਆਲੇ ਨੇ ਉਹਨਾਂ ਦਾ ਕੋਈ ਉਹਨਾਂ ਦਾ ਰੋਕਦਾ ਨਹੀਂ ਉਹਨਾਂ ਚਲਾਨ ਵੀ ਕੋਈ ਨਹੀਂ ਕਰਦਾ ਇੱਥੇ ਹੁੰਦਾ ਕਿ ਕਈ ਥਾਵਾਂ ਦੇ ਉੱਤੇ ਲੋਕ ਪਾਰਟੀਆਂ ਕਰੀ ਜਾਂਦੇ ਆ ਕੋਈ ਸੋਸ਼ਲ ਡਿਸਟੈਂਸਿੰਗ ਨਹੀਂ ਕੋਈ ਉਹਨਾਂ ਦੇ ਮਾਸਕ ਵੀ ਨਹੀਂ ਲਾਇਆ ਹੁੰਦਾ ਤੇ ਉਹ ਸਾਰਾ ਕੋਈ ਇਕੱਠੇ ਪ੍ਰੋਗਰਾਮ ਵੀ ਕਰੀ ਜਾਂਦੇ ਆ ਪਾਰਟੀਆਂ ਵੀ ਕਰੀ ਜਾਂਦੇ ਆ ਤੇ ਸਾਰੇ ਫੰਕਸ਼ਨ ਵੀ ਕਰੀ ਜਾਂਦੇ ਆ ਪਰ ਕੋਈ ਉਹ ਜਿਹੜਾ ਵਿਚਾਰਾ ਮਾਤਰ ਗਰੀਬ ਹੁੰਦਾ ਜਿਹੜਾ ਹੂੰ ਉਹਨੂੰ ਉੱਥੇ ਰੋਕ ਕੇ ਤੇ ਉਹਦਾ ਚਲਾਨ ਕੱਟ ਕੇ ਹੱਥੇ ਫੜਾ ਦਿੰਦੇ ਜੀ ਇਸ ਤਰ੍ਹਾਂ ਕਰਕੇ ਥੋੜੇ ਜਿਹੀ ਇਹ ਤਾਂ ਹੈ ਵੀ ਇਹ ਨਹੀਂ ਹੋਣਾ ਚਾਹੀਦਾ ਵੀ ਸਾਰਿਆਂ ਨੂੰ ਬਰਾਬਰ ਸਮਝਣਾ ਚਾਹੀਦਾ ਇੱਥੇ ਥੋੜੀ ਜੀ ਹੈ ਬਾਕੀ ਕੋਈ ਗੱਲ ਨਹੀਂ ਚਲੋ ਪਰ ਸਪਰਸਤਾਈ ਜ਼ਰੂਰ ਥੋੜੀ ਜੀ ਹੈ ਕਿ ਕੀਤੀ ਜਾ ਰਹੀ ਹੈ ਪਰ ਇਨੀ ਚਾਹੀਦੀ ਵੀ ਹੈ ਕਿਉਂਕਿ ਹਾਲਾਤ ਅਜੇ ਨਾਰਮਲ ਨਹੀਂ ਹੋਏ ਕਿਉਂਕਿ ਜਿੰਨਾ ਕ ਅਸੀਂ ਆਪਣਾ ਰੱਖਾਂਗੇ ਹੂੰ ਸੇਫਟੀ ਰੱਖਾਂਗੇ ਸੁਰੱਖਿਆ ਦੇ ਵਿੱਚ ਹੀ ਸੁਰੱਖਿਆ ਹੈ ਜੀ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਕਿਹਨਾਂ ਦੇ ਸਾਡੇ ਨਾਲ ਜੁੜੇ ਕਿਉਂਕਿ ਆਪਣਾ ਟਾਈਮ ਯਾਦਵਿੰਦਰ ਜੀ ਸਮਾਪਤ ਹੋ ਗਿਆ ਆਪਾਂ ਬਾਕੀ ਜਿਹੜੀ ਡਿਸਕਸ਼ਨ ਆਪਾਂ ਕੋਸ਼ਿਸ਼ ਕਰਾਂਗੇ ਕੱਲ ਨੂੰ ਦੁਬਾਰਾ ਫੇਰ ਤੋਂ ਕਰੀਏ ਸਭ ਬਹੁਤ ਤਾਂ ਕਿਉਂਕਿ ਇਹ ਵੀ ਅੱਜ ਦਾ ਬਣਦਾ ਸੀ ਕਿਉਂਕਿ ਪਹਿਲੀ ਵਾਰ ਹੋ ਰਿਹਾ ਹੈ ਬੜੇ ਲੰਬੇ ਸਮੇਂ ਬਾਅਦ ਕਿਉਂਕਿ ਕੱਲ ਨੂੰ 6 ਜੂਨ ਹੈ ਤੇ 6 ਜੂਨ ਜਿਹੜਾ ਕੱਲੂਕਾਰ ਦਾ ਦਿਵਸ ਤਾਂ ਕੱਲ ਨੂੰ ਮਨਾਇਆ ਜਾ ਰਿਹਾ ਹੈ ਜੀ ਆਪਾਂ ਕੋਸ਼ਿਸ਼ ਆਪਾਂ ਕੱਲ ਨੂੰ ਤਕਰੀਬਨ ਆਪਾਂ ਜਿਹੜਾ ਵਿਸ਼ਾ ਆਪਣਾ ਉਹ ਕੱਲੂਕਾਰ ਦੇ ਉੱਤੇ ਆਪਾਂ ਨੇੜੇ-ਤੇੜੇ ਰੱਖਾਂਗੇ ਤੇ ਉਸ ਤੋਂ ਪਹਿਲੀ ਵਾਰ ਹੋਏਗਾ ਕਿ ਪਬਲਿਕ ਲਈ ਜਾ ਰਹੀ ਕਿਉਂਕਿ ਜੇ ਜਿਹੜੇ ਧਾਰਮਿਕ ਸਥਾਨ ਉਹ ਨਹੀਂ ਖੋਲੇਗਾ ਪਬਲਿਕ ਵਾਸਤੇ ਜੀ ਤੇ ਉੱਥੇ ਇਕੱਠ ਨਹੀਂ ਹੋਏਗਾ ਨਹੀਂ ਤਾਂ ਬੜੇ ਲੋਕ ਉੱਥੇ ਸ਼ਦ ਨਾਲ ਇਸ ਟਾਈਮ ਇਕੱਠੇ ਹੁੰਦੇ ਆ ਪਰ ਇਸ ਵਾਰ ਕੱਲੂਕਾਰ ਦੇ ਦਿਵ ਇਕਾਟ ਨਹੀਂ ਹੋਏਗਾ ਲੋਕ ਆਪਣੇ ਆਪਣੇ ਥਾਵਾਂ ਤੇ ਘਰਾਂ ਦੇ ਵਿੱਚ ਜਿਸ ਨੂੰ ਜਿਵੇਂ ਉਹਨਾਂ ਨੂੰ ਮਨਾਉਣਾ ਹੈ ਮਨਾਉਣਗੇ ਤੇ ਏਸੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇ ਆਪਾਂ ਸਾਡੇ ਨਾਲ ਗੱਲਾਂ ਕੀਤੀਆਂ ਅਮਰੀਕਾ ਬਾਰੇ ਦੱਸਿਆ ਕਿ ਉੱਥੇ ਤੇ ਹਾਲਾਤ ਕਿਸ ਤਰ੍ਹਾਂ ਦੇ ਨੇ ਪੰਜਾਬ ਦੇ ਹਾਲਾਤ ਸਾਡੇ ਦੇਸ਼ ਦੇ ਕੀ ਨੇ ਸਾਰਾ ਤੁਹਾਡਾ ਵਰਲਡ ਮੀਡੀਆ ਯੂਐਸਏ ਦੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਪਿਆਰ ਦੇ ਰਹੇ ਹੋ ਮਾਨ ਦੇ ਰਹੇ ਹੋ ਸਤਿਕਾਰ ਦੇ ਰਹੇ ਹੋ ਅਸੀਂ ਥੋੜੀ ਜਿਹੀ ਇਨਫੋਰਮੇਸ਼ਨ ਜਿੰਨੀ ਸਾਡੇ ਕੋਲੇ ਇਕੱਠੀ ਹੁੰਦੀ ਹੈ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਤੁਹਾਡਾ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਸਤਿ ਸ੍ਰੀ ਅਕਾਲ